ਗੁਰਬਾਣੀ ਦੇ ਮਹਾਂ ਪਾਠ ਅਨੁਸਾਰ ਸਤਿਕਾਰਯੋਗ ਮਾਤਾ ਰਣਜੀਤ ਕੌਰ
ਸਤਿਗੁਰੂ ਜੀ ਕਿਸ ਸੰਸਾਰ ਤੇ ਯਾਤਰਾ ਕਰਨ ਵਾਸਤੇ ਆਏ ਸਨ। ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਕੁਛ ਦਿਨਾਂ ਤੋਂ ਆਪ ਜੀ ਦੇ ਭਾਣੇ ਵਿੱਚ ਸਮਾ ਗਏ ਸਨ। ਉਸ ਵਿਛੜੀ ਹੋਈ ਰੂਹ ਦੇ ਭਰੇ ਵਾਸਤੇ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਸਤਿਗੁਰੂ ਜੀਓ ਅਮਰਤ ਵੇਲੇ ਗੁਰਬਾਣੀ ਦੀ ਸੰਪੂਰਨਤਾ ਉਪਰੰਤ ਐਸ ਵੇਲੇ ਆਪ ਜੀ ਦੇ ਨਿਜ ਅਸਥਾਨ ਵਿਖੇ ਕਥਾ ਕੀਰਤਨ ਵਿਚਾਰਾਂ ਹੋਈਆਂ ਜੀ। ਪਾਵਨ ਗੁਰਬਾਣੀ ਜਪਦਿਆਂ ਕਥਾ ਕੀਰਤਨ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਮਾਤਾ ਜੀ ਤੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣੇ ਵਿੱਚ ਸਿਦਕ ਵਿੱਚ ਰਹਿਣ ਦੀ ਤਾਕਤ ਬਖਸ਼ਣਾ। ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾ, ਬਿਸਰੈ ਨਾਹੀ ਜਿਤ ਤੋ ਕਬ ਹੋ, ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਰ ਧਿਆਈ, ਨਿਰਮਲ ਹੋਵੇ ਦੇਹਾ। ਬਿਸਰਹਿ ਨਾਹੀ ਜਿਤ ਤੋ ਕਬ ਹੋ, ਸੋ ਥਾਨ ਤੇਰਾ ਕਿਹਾ। ਤਾਂ ਮਨ ਤਨ ਹਰ ਹਰ ਧਿਆਇਆ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਜੋ ਗੁਰ ਬਟਾਲੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਕੋਲੋਂ ਸਦਾ ਲਈ ਵਿਛੜ ਚੁੱਕੇ ਮਾਤਾ ਜੀ ਰਣਜੀਤ ਕੌਰ ਜੀ, ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਰਿਸ਼ਤੇਦਾਰ ਸਾਕ ਸੰਬੰਧੀ ਨਗਰ ਨਿਵਾਸੀ ਇਲਾਕਾ ਮਹਾਰਾਜ ਜੀ ਪਵਿੱਤਰ ਹਾਜ਼ਰੀ ਵਿੱਚ ਅੱਜ ਅਸੀਂ ਜਿਸ ਕਰਨ ਸਿੰਘ ਮੇਰੀ ਗੁਰਵਿੰਦਰ ਕੌਰ ਉਹਨਾਂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਦੇ ਅਕਾਲ ਚਲਾਣਾ ਕਰਨ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹਾਂ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਜੀ ਨੂੰ ਕਿਹਾ ਸੀ, ਮੈਂ ਕਿਹਾ ਥੋੜ੍ਹੇ ਸ਼ਬਦਾਂ 'ਚ ਬੋਲ ਦੀ ਸਮਾਂ ਕਾਫੀ ਹੋ ਗਿਆ, ਪਰ ਸਾਡੀ ਵੀ ਜਿਹੜੀ ਸਾਂਝ ਸੀ, ਕਿਉਂਕਿ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੋਣ ਕਰਕੇ ਮੈਂ ਮਾਸੀ ਕਹਿੰਦਾ ਸੀ, ਜਦੋਂ ਵੀ ਕਿਤੇ ਘਰ ਦੇ ਵਿੱਚ ਜਾਣਾ ਇਕੱਲਿਆਂ ਇਕੱਠੀ ਹੋਣਾ ਤਾਂ ਮੈਂ ਪੁੱਛਣਾ ਮਾਸੀ ਵੀ ਤੈਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ? ਤਾਂ ਕਹਿੰਦੀ ਪੁੱਤਰ ਹੁੰਦਾ, ਕੁਦਰਤ ਨੇ ਬਸ ਇਸ ਤਰ੍ਹਾਂ ਹੀ ਕਰਤਾ, ਕਿਉਂਕਿ ਜਿਸ ਕਾਰਨ ਬਹੁਤ ਵਧੀਆ ਆਪਦਾ ਕੈਨੇਡਾ ਦੇ ਵਿੱਚ ਸੈੱਟ ਸੀ, ਬਹੁਤ ਵਧੀਆ ਕਾਰੋਬਾਰ ਚਲਾਇਆ ਸੀ, ਪਰ ਜਿਹੜੀ ਪੁੱਤਰ ਦੀ ਘਾਟ ਬਲਕਰਮ ਸਿੰਘ ਦੀ ਘਾਟ ਉਹ ਉਸਨੇ ਹੋਰ ਵੀ ਜ਼ਿਆਦਾ ਇਹ ਸੀਗਾ, ਪਰਿਵਾਰਕ ਮਸ਼ਹੂਰਾ ਇਸ ਤਰ੍ਹਾਂ ਬਣ ਗਿਆ, ਕਿਉਂਕਿ ਜਾਂ ਉਹ ਇੱਥੇ ਰਹਿੰਦਾ ਕੋਲੇ ਰਹਿੰਦਾ, ਪਰ ਉਹਦੇ ਜਾਣ ਕਰਕੇ ਮਤਲਬ ਇਸ ਘਰ ਦੇ ਵਿੱਚ ਸਾਰਾ ਕੁਛ ਇੰਨਾ ਵਧੀਆ ਪਰਿਵਾਰ ਅਤੇ ਇੰਨੇ ਵਧੀਆ ਸੁੱਖ ਸਹੂਲਤਾਂ, ਦੋ ਮੋਗਿਆਂ ਦੇ ਮੁੱਢ ਦੇ ਵਿੱਚ ਜ਼ਮੀਨ, ਅਤੇ ਇਸ ਚੱਕਰ ਹੈ ਪਾਰ
ਤੇਰਾ ਕੋਈ ਨਾ ਬੇਨੀਰਾ ਆਪ ਕਮਾਲ ਦਿਆ ਤੇਰਾ ਕੋਈ ਨਾ ਬੇਨੀਰਾ।
Thank you.
ਪਾਤਸ਼ਾਹ ਜੀ ਕਹਿੰਦੇ ਜਿਨ ਜੇਬਾ ਦਿੱਤੀ ਬੋਲੇ ਤਾਲ, ਤੈਨੂੰ ਬੋਲਣ ਵਾਸਤੇ ਰੱਬ ਨੇ ਜੀਭਾਂ ਵੀ ਦਿੱਤੀ। ਪਸ਼ੂ ਤੇ ਕੁਛ ਨਹੀਂ ਨਾ ਕਰ ਸਕਦਾ, ਪਸ਼ੂ ਨੂੰ ਮਾੜੇ ਚੰਗੇ ਦੀ ਸਮਝ ਨਹੀਂ, ਪਰ ਰੱਬ ਜੀ ਨੇ ਮਨੁੱਖ ਨੂੰ ਇਸੇ ਕਰਕੇ ਇੱਕ ਵੱਖਰਾ ਰੂਪ, ਵੱਖਰੀ ਪਹਿਚਾਣ ਦਿੰਦੀ ਹੈ, ਤਾਂ ਕਿ ਇਹ ਆਪਣੀ ਜਿਹੜੀ 84 ਦਾ ਗੇੜ ਹੈ, ਹੋਰ ਜਿਹੜੇ ਜੀਵ ਨੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕੁਕਰ ਹੈ, ਸ਼ੁਕਰ ਹੈ, ਗਰਦ ਹੈ, ਕੱਕ ਹੈ, ਸਰਪ ਹੈ, ਤੁਲ ਖਲ। ਪਹਿਲਾਂ ਜੇ ਵੇਖੋ ਵੀ ਆਹ ਜਿਹੜਾ ਸਰੀਰ ਹੈ ਨਾ, ਜਿੱਦਣ ਇਹ ਸਰੀਰ ਖਤਮ ਹੋ ਗਿਆ, ਮਨ ਜੀ ਨੇ ਬਾਣੀ ਵਿੱਚ ਵਚਨ ਕਹੇ, ਮਨ ਕਹਿੰਦੇ ਇੱਕ ਦਜਨ ਹੈ, ਇੱਕ ਦੱਬੀ ਹੈ, ਇੱਕ ਨਾ ਪਾਣੀ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਕੁਸੱਟੀ ਹੈ, ਭੀ ਫਿਰ ਹੱਸਣ ਪਾ ਗਈ। ਅਖੀਰਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਏ। ਕਹਿੰਦੇ ਵੇਖੋ ਇਹ ਸਰੀਰ ਦੇ ਅੰਦਰੋਂ ਸਾਹ ਖਤਮ ਹੋ ਜਾਂਦੇ ਨੇ ਨਾ, ਆਪਾਂ ਸਰੀਰ ਨੂੰ ਸਾਂਭਦੇ ਹਾਂ, ਆਪੋ ਆਪਣੇ ਧਰਮਾਂ ਦੀ ਰੀਤੀ ਰਿਵਾਜ਼ਾਂ ਮੁਤਾਬਕ ਮਰ ਕਿਤੇ ਦਜੇ ਹੈ। ਦਜੇ ਹੈ ਦਾ ਅਰਥ ਕਈਆਂ ਨੂੰ ਸਾੜ ਦਿੱਤਾ ਜਾਂਦਾ, ਇੱਕ ਦਜੇ ਹੈ, ਇੱਕ ਦੱਬੀ ਹੈ, ਕਈਆਂ ਨੂੰ ਦੱਬ ਦਿੱਤਾ ਜਾਂਦਾ, ਇਸਲਾਮ ਧਰਮ ਦੇ ਵਿੱਚ ਦੱਬਦੇ ਨੇ ਮਨੁੱਖ। ਮਰ ਕਹਿੰਦੇ ਇੱਕ ਨਾ ਕੁੱਤੇ ਖਾਏ, ਕਈ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਸਾਂਭਣ ਵਾਲਾ ਨਹੀਂ ਹੁੰਦਾ, ਉਹ ਏਦਾਂ ਹੀ ਰੁੜ ਜਾਂਦੇ ਨੇ, ਉਹਨਾਂ ਨੂੰ ਕਾਂ ਕੁੱਤੇ ਖਾ ਜਾਂਦੇ। ਪਹਿਲਾਂ ਸਮਾਂ ਹੁੰਦਾ ਸੀ ਜੰਗਲਾਂ ਦਾ, ਅੱਜ ਕੇ ਥਾਂ ਥਾਂ 'ਤੇ ਨਗਰ ਵਸੇ ਹੋਏ, ਚਲੋ ਕੋਈ ਨਾ ਵੀ ਸਾਂਭਣ ਵਾਲਾ ਹੋਵੇ, ਇਹੋ ਜਿਹੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਬੰਦੇ ਨੂੰ ਚੱਕ ਕੇ ਸਾੜ ਦਿੰਦੇ ਨੇ, ਸਾਂਭ ਦਿੰਦੇ। ਪਰ ਜਦੋਂ ਦੀ ਮਹਾਰਾਜ ਜੀ ਨੇ ਗੱਲ ਕੀਤੀ ਆਪਾਂ ਉਦੋਂ ਦੀ ਗੱਲ ਕਰਦੇ। ਫਿਰ ਮਹਾਰਾਜ ਕਹਿੰਦੇ ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਦਾ ਅਰਥ ਕਈ ਹੈ, ਕਿਉਂਕਿ ਇੱਥੇ ਈੜੀ ਸਿਹਾਰੀ ਅਤੇ ਪੱਕੇ ਸਿਹਾਰੀ ਲੱਗਾ ਹੋਇਆ, ਈੜੀ ਸਿਹਾਰੀ ਪੱਕਾ ਇੱਕ ਹੁੰਦਾ, ਈੜੀ ਸਿਹਾਰੀ ਤੇ ਪੱਕੇ ਸਿਹਾਰੀ ਜਦੋਂ ਆਪਾਂ ਲਾਵਾਂਗੇ ਤੇ ਇਹਦਾ ਅਰਥ ਬਦਲ ਜਾਵੇਗਾ, ਇਹ ਕਈਆਂ ਵਿੱਚ ਬਦਲ ਜਾਵੇਗਾ। ਮਹਾਰਾਜ ਜੀ ਕਹਿੰਦੇ ਕਈਆਂ ਨੂੰ ਪਰਮਾਤਮਾ ਨੇ ਕੀ ਕੀਤਾ, ਕਈਆਂ ਨੂੰ ਸਾੜ ਦਿੱਤਾ, ਕਈਆਂ ਨੂੰ ਦੱਬ ਦਿੱਤਾ, ਕਈਆਂ ਨੂੰ ਕਾਂ ਉੱਤੇ ਖਾ ਗਏ, ਇੱਲਾਂ ਖਾ ਗਈਆਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਈਆਂ ਨੂੰ ਪਾਣੀ ਵਿੱਚ ਉਹ ਸੱਟੀ ਗਿਆ, ਪਾਣੀ ਵਿੱਚ ਰੋੜ ਦਿੱਤਾ। ਅੱਜ ਵੀ ਜਿੱਥੇ ਬਹੁਤ ਆਮ ਦੇ ਵਿੱਚ ਪਾਣੀ ਜ਼ਿਆਦਾ ਹੋ ਗਿਆ, ਉੱਥੇ ਪਾਣੀ ਵਿੱਚ ਰੋੜ ਦਿੰਦੇ ਨੇ। ਜਿੱਦਾਂ ਹਿਮਾਚਲ ਦੇ ਵਿਆਪਾਰ ਚਲੇ ਜਾਈਏ, ਉੱਧਰ ਜੰਗਲ ਨੇ, ਉੱਧਰ ਬਾਰਿਸ਼ ਹੁੰਦੀ ਰਹਿੰਦੀ ਹੈ, ਬਰਫ਼ ਪੈਂਦੀ ਹੈ, ਅਤੇ ਉਹ ਜਿਹੜੇ ਦਰੱਖਤ ਨੇ ਉੱਥੇ ਗਿੱਲੇ ਹੋ ਜਾਂਦੇ ਨੇ, ਬਾਲਣ ਨਹੀਂ ਲੱਭਦਾ, ਉੱਥੇ ਨਦੀਆਂ ਬਹੁਤ ਨੇ, ਉਹ ਨਦੀਆਂ ਵਿੱਚ ਰੋੜ ਦਿੰਦੇ ਨੇ ਪਾਣੀ, ਇੰਨਾ ਉੱਥੇ ਜੀਵ ਜੰਤੂ ਨੇ ਜਿਹੜੇ ਉਹ ਖਾ ਜਾਂਦੇ ਨੇ। ਮਾਰੇ ਕਹਿੰਦੇ ਪਾਣੀ ਵਿੱਚ ਉਹ ਸੱਟੀ ਹੈ, ਇੱਕ ਭੀ ਫਿਰ ਹੱਸਣ ਪਾਹੇ। ਹੱਸਣ ਪਾਹੇ ਦਾ ਅਰਥ ਹੁੰਦਾ ਹੈ, ਸਮਾਂ ਹੁੰਦਾ ਸੀ ਜੰਗਲ ਹੁੰਦੇ ਸਨ, ਜੰਗਲਾਂ ਦੇ ਵਿੱਚ ਖੂਹ ਹੁੰਦੇ ਸੀ, ਅਤੇ ਖੂਹ ਦੇ ਉੱਤੇ ਇੱਕ ਜਾਲ ਬੰਨ ਦਿੰਦੇ ਸੀ, ਉਸ ਜਾਲ ਦੇ ਵਿੱਚ ਜਿਹੜਾ ਪ੍ਰਾਣੀ ਚੜ੍ਹਾਈ ਕਰ ਜਾਂਦਾ ਸੀ ਉਹਨੂੰ ਰੱਖ ਦਿੰਦੇ ਸੀ। ਜਿਹੜੇ ਜੰਗਲੀ ਜਾਨਵਰ, ਜਿਹੜੇ ਜੀਵ ਸਨ, ਜਿਹੜੇ ਪੰਛੀ ਸਨ, ਉਹ ਆਉਂਦੇ ਸਨ, ਇੱਲਾਂ ਆਉਂਦੀਆਂ ਸਨ, ਉਹ ਸਰੀਰ ਦੇ ਮਾਸ ਨੂੰ ਖਾ ਜਾਂਦੀਆਂ ਸਨ, ਜਿਹੜੀਆਂ ਹੱਡੀਆਂ ਹੁੰਦੀਆਂ ਸੀ ਉਹ ਇਕੱਲੀਆਂ ਸੁੱਕ ਕਰਕੇ ਅਤੇ ਪਾਣੀ ਵਿੱਚ ਡਿੱਗ ਪੈਂਦੀਆਂ ਸੀ, ਇਹਨੂੰ ਕਹਿੰਦੇ ਹੱਸਣ ਪਾਹ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸਰੀਰ ਦੇ ਮਨ ਨੂੰ ਸਾਂਭਿਆ ਗਿਆ, ਨਾਨਕ ਏਵ ਨਾ ਜਾਪਈ, ਪਰ ਇਸ ਗੱਲ ਦਾ ਸਮਝ ਨਹੀਂ ਪਈ, ਇਸ ਗੱਲ ਦਾ ਪਤਾ ਨਹੀਂ ਲੱਗਿਆ ਕਿੱਥੇ ਜਾਏ ਸਮਾਏ। ਜਿਹੜੀ ਜਿੰਦ ਸੀ, ਜਿਹੜੀ ਰੱਬ ਨੇ ਇਸ ਸਰੀਰ ਵਿੱਚੋਂ ਜਿੰਦ ਕੱਢੀ, ਜਿਸ ਬਾਰੇ ਭਗਤ ਸਾਹਿਬਾਨ ਭਗਤ ਫਰੀਦ ਜੀ ਨੇ ਬਚਨ ਕਹੇ, ਕਹਿੰਦੇ ਜਿੰਦ ਦਿਹਾੜ ਹੈ ਧੰਨ ਮਰੀ, ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆ, ਜਿੰਦ ਨੇ ਬਾਣੀ ਕੱਢੀ ਹੈ, ਹੱਡਾ ਮੂੰਹ ਭੜਕਾਏ,
ਸਾਹਿਬ ਲਿਖੇ ਨਾ ਚੱਲਣੀ ਜਿੰਦੂ ਨੂੰ ਸਮਝਾਏ, ਜਿੰਦ ਵਕਤੀ ਮਰ ਵਰ ਲੈ ਜਾਸੀ ਪ੍ਰਣਾਏ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਦੀ ਸਮਝ ਨਹੀਂ ਪਈ ਵੀ ਜਿਹੜੀ ਜਿੰਦ ਸੀ ਉਹ ਕਿੱਥੇ ਚੱਲੇ। ਤੇ ਜਦੋਂ ਬਾਣੀ ਨੂੰ ਪੜਾਂਗੇ ਤੇ ਮਹਾਰਾਜ ਬਾਣੀ ਵਿੱਚ ਹੀ ਇਹਦਾ ਜਵਾਬ ਦਿੰਦੇ ਨੇ, ਕਈ ਜਨਮ ਭਾਈ ਕੀਟ ਪਤੰਦਾ ਜਿਹਨੂੰ ਰੱਬ ਦਾ ਨਾਮ ਨਹੀਂ ਨਾ ਜਪਿਆ, ਕਿਉਂਕਿ ਜਿੱਥੋਂ ਤੇਰੀ ਇਹ ਜੋਤ ਕਿੱਥੋਂ ਆਈ ਹੈ। ਕਹੋ ਕਬੀਰ ਜੇ ਉਹ ਰਾਮ ਦੀ ਅੰਸਰ, ਇਹ ਜਿਹੜੀ ਸਾਡੇ ਅੰਦਰ ਇੱਕ ਜੋਤ ਹੈ ਸਾਹ ਨੇ ਨਾ, ਮਹਾਰਾਜ ਜੀ ਕਬੀਰ ਸਾਹਿਬ ਜੀ ਕਹਿੰਦੇ ਇਹ ਰੱਬ ਦੀ ਇੱਕ ਅੰਸ਼ ਹੈ, ਰੱਬ ਦੀ ਇੱਕ ਕਿਰਨ ਹੈ। ਜਿੱਦਾਂ ਸੂਰਜ ਦੀਆਂ ਕਿਰਨਾਂ ਨੇ ਕਈ ਮਹਾਰਾਜ ਕਹਿੰਦੇ, ਇਸੇ ਤਰ੍ਹਾਂ ਇਹ ਜਿਹੜੀਆਂ ਜਿੱਦਾਂ ਨੇ ਨਾ, ਕਈ ਜਿੰਦ ਦੇਖੀ ਹੈ ਸਰੀਰ ਬਦਲੋ ਖਰੀ। ਜਿਹੜੀ ਜੋਤ ਹੈ ਨਾ ਉਹ ਪੰਛੀਆਂ ਵਿੱਚ ਵੀ ਇੱਕ ਉਹੀ ਹੈ ਜਿਹੜੀ ਆਪਣੇ ਅੰਦਰ, ਪਸ਼ੂਆਂ ਵਿੱਚ ਵੀ ਉਹ ਹੈ, ਜਾਨ ਇੱਕੀ ਹੈ ਸਰੀਰ ਵੱਖੋ ਵੱਖਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲਾਂ ਇਹ ਵਿਚਾਰ ਕਰ ਵੀ ਇਹ ਆਈ ਕਿੱਥੋਂ। ਤੇ ਕਬੀਰ ਸਾਹਿਬ ਜੀ ਦਾ ਵਚਨ ਕਹੋ ਕਬੀਰ ਇਹ ਉਹ ਰਾਮ ਕੀ ਹੈ, ਇਹ ਤੇ ਰੱਬ ਦੀ ਜੋਤ ਹੈ, ਇਹ ਰੱਬ ਦੇ ਨਾਲੋਂ ਵਿਛੜੀ ਕਿਉਂ ਹੈ। ਤੇ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਤੇ ਸਲੋਕ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਚੰਗੀ ਆਈਆਂ ਬੁਰੀ ਆਈਆਂ ਬਾਚੇ ਧਰਮ ਹਜ਼ੂਰ। ਤੇ ਮਹਾਰਾਜ ਜੀ ਨੇ ਆਸਾ ਦੀ ਵਾਰ ਦੇ ਵਿੱਚ ਇੱਕ ਸ਼ਬਦ ਵਰਤਿਆ, ਸਤਿਗੁਰੂ ਜੀ ਕਹਿੰਦੇ ਨਾਨਕ ਜੀਵ ਉਪਾਏ ਕਹਿ, ਉਪਾਏ ਕਹਿ ਦਾ ਅਰਥ ਪੈਦਾ ਕੀਤਾ। ਕਹਿੰਦੇ ਰੱਬ ਜੀ ਨੇ ਜੀ ਪੈਦਾ ਕਰਕੇ ਨਾ ਲਿਖ ਨਾ ਗਏ ਧਰਮ ਬਹਾਲਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਚਿੱਤਰ ਗੁਪਤ ਸਭ ਲਿਖ ਕੇ ਲੇਖਾ, ਭਗਤ ਜਨਾਂ ਕੋ ਦ੍ਰਿਸ਼ਟ ਨਾ ਪੇਖਾ। ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਦੇ ਹਾਟ ਪਟਨ ਵਿੱਚ ਮੰਦਰ ਭੰਨੈ, ਕਰ ਚੋਰੀ ਘਰ ਆਵੈ, ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛਪਾਵੇ। ਕਹਿੰਦੇ ਮਨੁੱਖ ਨੇ ਹੱਟ ਭੰਨ ਲਿਆ, ਕਿਸੇ ਦੇ ਘਰ ਚੋਰੀ ਕਰ ਲਈ, ਤੇ ਕਹਿੰਦੇ ਚੋਰੀ ਕਰਕੇ ਜਦੋਂ ਭੱਜਣ ਲੱਗਾ ਨਾ, ਤੇ ਕਹਿੰਦੇ ਆਸੇ ਪਾਸੇ ਵੇਖਿਆ ਵੀ ਕੋਈ ਨਹੀਂ, ਇਹ ਭੱਜ ਗਿਆ। ਤੇ ਸਤਿਗੁਰੂ ਜੀ ਕਹਿੰਦੇ ਨੇ ਪਰ ਉਹ ਜਿਹੜਾ ਪਰਮਾਤਮਾ ਸੀ ਨਾ ਉਹਨੂੰ ਨਹੀਂ ਵੇਖਿਆ ਇਹਨੇ, ਕਿਉਂਕਿ ਸਾਨੂੰ ਯਾਦ ਹੀ ਨਹੀਂ ਨਾ ਰੱਬ। ਕਹਿੰਦੇ ਉਸ ਪਰਮਾਤਮਾ ਨੂੰ ਨਹੀਂ ਵੇਖਿਆ ਵੀ ਪਰਮਾਤਮਾ ਵੇਖ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਵੀ ਜੋ ਤੂੰ ਕਰਦਾ ਹੈ ਨਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੈਨੂੰ, ਰਾਮ ਚਾਰ ਕੁੰਟ ਦਹਿ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ ਸਾਹ। ਜੋ ਵੀ ਮਹਾਰਾਜ ਕਹਿੰਦੇ ਤੂੰ ਕਰ ਰਿਹਾ ਹੈ ਨਾ, ਸਭ ਕੁਝ ਰੱਬ ਦੀ ਲਿਖਤ ਵਿੱਚ ਲਿਖਿਆ ਜਾ ਰਿਹਾ ਹੈ। ਕਿੰਨੇ ਮਾੜੇ ਕਰਮ ਕੀਤੇ ਨੇ, ਕਿੰਨੇ ਚੰਗੇ ਕਰਮ ਕੀਤੇ ਨੇ, ਮਾੜੇ ਚੰਗੇ ਕਰਮਾਂ ਦੇ ਹਿਸਾਬ ਦੇ ਨਾਲ ਰੱਬ ਦੇ ਘਰ ਵਿੱਚ ਜਾਵੇਗੀ ਜੇ ਤੱਕ ਉੱਥੇ ਇਹਦਾ ਲੇਖਾ ਹੋਵੇਗਾ। ਚੰਗੇ ਕਰਮਾਂ ਦਾ ਫਲ ਸਵਰਗਾਂ ਵਿੱਚ ਚਲੇ ਜਾਏਗਾ, ਨਰਕਾਂ ਦੇ ਵਿੱਚ ਚਲੇ ਜਾਏਗਾ, ਉਦੋਂ ਬਾਅਦ ਕੀ ਹੋਵੇਗਾ। ਮਰ ਕੇ ਤੇ ਉਦੋਂ ਬਾਅਦ ਫਿਰ ਇਹ ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇ। ਜੰਮਦਾ ਰਹੇਗਾ ਮਰਦਾ ਰਹੇਗਾ ਫਿਰ ਸਜ਼ਾ ਲੱਗ ਜਾਵੇ। ਪਰ ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਰੱਬ ਦੇ ਪਿਆਰੇ ਆਪਣੇ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਨੇ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਹੁੰਦੇ ਨੇ ਨਾ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਜਿਹੜੇ ਗੁਰਮੁਖ ਨੇ ਉਹ ਲਾਹਾ ਲੈ ਕੇ ਜਾਂਦੇ ਨੇ, ਜਿਹੜੇ ਮਨਮੁਖ ਨੇ ਉਹ ਆਪਣੀ ਜ਼ਿੰਦਗੀ ਦੀ ਬਾਜ਼ੀ ਹਾਰ ਕੇ ਚਲੇ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖ ਜਿਹੜੇ ਰੱਬ ਦੇ ਪਿਆਰੇ ਨੇ ਨਾ, ਸਤਿਗੁਰੂ ਜੀ ਕਹਿੰਦੇ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਉਰਾਦੀ। ਸਿੱਖਾ ਤੇਰਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ, ਤੇਰੀ ਸੇ ਸੋਚ ਇਹ ਹੋਣੀ ਚਾਹੀਦੀ ਹੈ ਵੀ ਮੈਂ ਜਿੱਥੋਂ ਆਇਆ ਨਾ ਉੱਥੇ ਜਾ ਕੇ ਸਮਾਵਾਂ, ਰੱਬ ਦੇ ਵਿੱਚੋਂ ਨਿਕਲਿਆ ਰੱਬ ਦੇ ਵਿੱਚ ਜਾ ਕੇ ਸਮਾਵਾਂ। ਕਹਿੰਦੇ ਰੱਬ ਦੇ ਪਿਆਰੇ
ਕਵਣ ਨਰਕ ਕਿਹੜਾ ਨਰਕ, ਕਵਣ ਸੁਰਗ ਵਿਚਾਰਾ ਕਿਹੜਾ ਸੁਰਗ, ਸੰਤਨ ਦੋ ਰਾਧੇ ਜਿਹੜੇ ਗੁਰਸਿੱਖ ਪਿਆਰੇ ਉਹ ਦੋਵਾਂ ਨੂੰ ਰੱਦ ਕਰ ਦਿੰਦੇ ਵੀ ਅਸੀਂ ਨਾ ਨਰਕਾਂ ਵਿੱਚ ਜਾਣਾ ਅਸੀਂ ਨਾ ਸਵਰਗਾਂ ਵਿੱਚ ਜਾਣਾ, ਕਿੱਥੇ ਜਾਣਾ? ਰੱਬ ਦੇ ਪਿਆਰੇ ਕਹਿੰਦੇ ਨੇ ਏਕਾ ਜੋਤ ਏਕਾ ਮਿਲੀ ਕਿੰਬਾ ਹੋਏ ਹੋਏ, ਇੱਕ ਰੱਬ ਦੀ ਜੋਤ ਦੇ ਵਿੱਚ ਜੋਤ ਮਿਲ ਜਾਵੇ। ਮਰਗ ਦੇ ਰੱਬ ਦੇ ਪਿਆਰੇ ਚਾਹੁੰਦੇ ਨੇ ਅਸੀਂ ਰੱਬ ਦੇ ਵਿੱਚ ਜਾ ਕੇ ਸਮਾਈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾਨਕ ਜੀਵ ਉਪਾਏ ਹੈ ਤੇਰੀ ਜਿੰਦ ਰੱਬ ਨਾਲੋਂ ਵਿਛੜੀ ਕਿਉਂ, ਕਹਿੰਦੇ ਰੱਬ ਦੇ ਘਰ ਵਿੱਚ ਜਿੰਦ ਨੇ ਜਾਣਾ ਏ। ਇੱਕ ਹੋਰ ਸ਼ਬਦ ਆਪਾਂ ਪੜ੍ਹਦੇ ਹਾਂ ਨਾ, ਅਮਲ ਸਿਰਾਨੂੰ ਲੇਖਾ ਦੇਣਾ ਆਏ ਕਥਨ ਦੂਤ ਜਾਂ ਮਲੇਨਾ, ਕਿਆ ਤੈ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀ ਬਾਣ ਬੁਲਾਇਆ, ਤੈਨੂੰ ਰੱਬ ਨੇ ਬੁਲਾਇਆ ਏ, ਜਾ ਕਰ ਕੀ ਲੇਖਾ ਦੇ, ਕੀ ਖੱਟਿਆ ਏ ਕੀ ਗਵਾਇਆ ਏ, ਭਾਵ ਕਿੰਨਾ ਨਾਮ ਜਪਿਆ ਈ ਕਿੰਨੇ ਧੁਆਂ ਗੁਣ ਕੀਤੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਸੱਚ ਦਾ ਨਿਸ਼ਾਰਾ ਹੋਣਾ ਏ। ਇੱਥੇ ਤੇ ਮਹਾਰੇ ਕਹਿੰਦੇ ਕੋਰਟਾਂ ਦੇ ਵਿੱਚ ਕੇਸ ਕਰਦੇ ਹੋਣ ਝੂਠੇ ਜਿੱਤ ਜਾਂਦੇ ਨੇ ਤੇ ਸੱਚੇ ਹਾਰ ਜਾਂਦੇ ਨੇ, ਪਰ ਕਹਿੰਦੇ ਰੱਬ ਦੇ ਘਰ ਦੇ ਵਿੱਚ ਉੱਥੇ ਝੂਠ ਤੇ ਸੱਚ ਦਾ ਨਿਸਤਾਰਾ ਹੋਵੇਗਾ। ਪੱਖ ਕੱਢੇ ਜਜਮਾਲਿਆ, ਜਜਮਾਲਿਆ ਦਾ ਅਰਥ ਹੁੰਦਾ ਝੂਠੇ, ਜਿਹੜੇ ਮਹਾਰੇ ਕਹਿੰਦੇ ਝੂਠੇ ਲੋਕ ਨੇ ਨਾ, ਜਿਨ੍ਹਾਂ ਨੇ ਕਦੀ ਨਾਮ ਨਹੀਂ ਜਪਿਆ, ਸਾਰੀ ਜ਼ਿੰਦਗੀ ਏਦਾਂ ਹੀ ਲੰਘਾ ਦਿੱਤੀ, ਮਹਾਰੇ ਕਹਿੰਦੇ ਉਹਨਾਂ ਨੂੰ ਚੁਣ ਕੇ ਵੱਖ ਕੱਢ ਦਿੱਤਾ ਜਾਵੇ। ਸਤਿਗੁਰੂ ਜੀ ਨੇ ਇੱਕ ਹੋਰ ਬਾਣੀ ਵਿੱਚ ਸ਼ਬਦ ਉਚਾਰਿਆ, ਮਹਾਰਾਜ ਜੀ ਕਹਿੰਦੇ ਇੱਕ ਖੋਟੇ ਇੱਕ ਖਰੇ ਕਰੇ ਆਪੇ ਪਰਖਣ ਹਾਂ, ਰੱਬ ਪਰਖਣ ਵਾਲਾ ਹੀ, ਰੱਬ ਦੀ ਨਿਗਾਹ ਇੰਨੀ ਕਮਜ਼ੋਰ ਨਹੀਂ ਵੀ ਤੇਰੇ ਔਗਣਾਂ ਨੂੰ ਵਿਸਾਰ ਦੇਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਲਿਖ ਨਾਮ ਹੈ ਧਰਮ ਬਹਾਲੇ ਆ, ਉੱਥੇ ਸੱਚੋ ਹੀ ਸੱਚ ਨਿਬੜਿਆ, ਚੁਣ ਵੱਖ ਕੱਢੇ ਜਜਮਾਲਿਆ, ਥਾਓ ਨਾ ਪਾਇਣ ਕੂੜਿਆ। ਜਮਰ ਮੌਤ ਤੋਂ ਬਾਅਦ ਅੰਤਮ ਅਰਦਾਸ ਤੇ ਅਰਦਾਸ ਕਰਦੇ ਹਾਂ ਨਾ, ਮਹਾਰਾਜ ਜੀ ਨੂੰ ਚਰਨਾਂ ਵਿੱਚ ਨਿਵਾਸ ਦੇ ਦਿਓ, ਮਹਾਰਾਜ ਜੀ ਦੱਸਦੇ ਵੀ ਚਰਨਾਂ ਵਿੱਚ ਨਿਵਾਸ ਮਿਲਦਾ ਕਿ ਨਹੀਂ। ਮਹਾਰਾਜ ਕਹਿੰਦੇ ਜਿਹੜੇ ਝੂਠੇ ਨਹੀਂ ਮਿਲਦੀ, ਥਾਓ ਨਾ ਪਾਇਨ, ਥਾਓ ਦਾ ਅਰਥ ਥਾਂ, ਥਾਓ ਨਾ ਪਾਇਨ ਕੂੜਿਆਰ, ਕੂੜਿਆਰ ਦਾ ਅਰਥ ਹੁੰਦਾ ਝੂਠੇ। ਮਹਾਰਾਜ ਕਹਿੰਦੇ ਜਿਹੜੇ ਝੂਠੇ ਲੋਕ ਨੇ ਉਹਨਾਂ ਨੂੰ ਥਾਂ ਨਹੀਂ ਮਿਲਦੀ। ਸਤਿਗੁਰੂ ਜੀ ਕਹਿੰਦੇ ਥਾਓ ਨਾ ਪਾਇਨ ਕੂੜਿਆਰ, ਮੋਹ ਕਾਲਾ ਦੋ ਜਗ ਚਾਲਿਆ, ਮੂੰਹ ਕਾਲਾ ਹੁੰਦਾ ਤੇ ਮਹਾਰਾਜ ਲੈ ਕੇ ਜਾਵੇ ਕਾਲਾ, ਉੱਥੇ ਓਏ ਓਏ ਕਾ ਕੇ ਕਰਕੇ ਰੇ ਰੇ ਕਰਕੇ ਤੈਨੂੰ ਕੋਈ ਨਹੀਂ ਬੁਲਾਵੇ, ਉੱਥੇ ਕੀ ਹੋਵੇਗਾ? ਮਹਾਰਾਜ ਜੀ ਨੇ ਸ਼ਬਦ ਉਚਾਰਿਆ ਬਾਣੀ ਵਿੱਚ, ਕਹਿੰਦੇ ਨਾਨਕ ਧਰਮ ਐਸੇ ਜਮ ਹੈ, ਜਿਹਨੇ ਨਿਆਂ ਕਰਨਾ ਹੈ ਨਾ ਸੱਚ ਤੇ ਝੂਠ ਦਾ, ਜਿਹਦੀ ਮਹਾਰਾਜ ਜੀ ਨੇ ਗੱਲ ਕੀਤੀ ਹੈ, ਲਿਖ ਨਾਮ ਹੈ ਧਰਮ ਬਹਾਲਿਆ, ਜਿਸ ਰੱਬ ਨੇ ਨਿਆਂ ਕਰਨਾ ਹੈ ਜਿਹਦੀ ਡਿਊਟੀ ਹੈ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਜਦੋਂ ਨਾਮ ਜਪ ਕੇ ਮੁੱਖ ਉਜੜਾ ਲੈ ਕਰਕੇ ਰੱਬ ਦੇ ਘਰ ਨੂੰ ਜਾਂਦੇ ਨੇ ਨਾ, ਤੇ ਜਿਹੜਾ ਧਰਮ ਰਾਜ ਹੁੰਦਾ ਹੈ ਆਪਣੇ ਘਰ ਦੇ ਦਰਵਾਜ਼ੇ ਤੇ ਖਲੋਤਾ ਹੁੰਦਾ। ਬਾਣੀ ਕਹਿੰਦੀ ਆਪਾਂ ਕੁਝ ਵੀ ਨਹੀਂ, ਤੁਸੀਂ ਆਪ ਅਰਥ ਪੜ੍ਹ ਸਕਦੇ। ਸਾਡੇ ਮਨਾਂ ਦੇ ਅੰਦਰ ਇਹ ਗੱਲ ਬੈਠਾ ਦਿੱਤੀ ਗਈ ਹੈ ਵੀ ਸਭ ਕੁਝ ਇੱਥੇ ਹੈ, ਅੱਗੇ ਕੁਝ ਨਹੀਂ, ਪਰ ਕਿਤੇ ਬਾਣੀ ਪੜ੍ਹ ਕੇ ਵੇਖੀਏ ਨਾ, ਮਹਾਰਾਜ ਜੀ ਸਭ ਕੁਝ ਅੱਗੇ ਵਿਖਾ ਦਿੰਦੇ। ਇਹ ਪੜ੍ਹਿਓ ਕਿਤੇ ਬਾਣੀ ਵਿੱਚ, ਇੱਥੇ ਉੱਥੇ ਰਖਵਾ ਲੈ, ਇੱਥੇ ਦਾ ਅਰਥ ਕੀ ਕਰੋ, ਇੱਥੇ ਉੱਥੇ ਦਾ ਅਰਥ ਕੀ ਕਰੋ, ਕਿੱਥੇ ਦੀ ਗੱਲ ਕਰਦੇ ਨੇ ਮਹਾਰਾਜ। ਮਹਾਰਾਜ ਕਹਿੰਦੇ ਈਹਾਂ ਖਾਲ ਚਲੋ ਹਰ ਰਾਹਾ ਅੱਗੇ ਬਸਲ ਸੁਹਿਲਾ, ਰੱਬ ਨੇ ਅੱਗੇ ਪਰਮਾਤਮਾ ਨੇ ਗੁਰੂ ਨੇ ਅੱਗੇ ਦੀ ਗੱਲ ਕੀਤੀ ਹੈ, ਇੱਥੋਂ ਦੀ ਤੇ ਗੱਲ ਇੱਥੇ ਮੁਕਾ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੋਂ ਦੀਆਂ ਲੋੜਾਂ ਸਰੀਰ ਦੇ ਨਾਲ ਖਤਮ ਹੋ ਗਈਆਂ, ਜ਼ਿੰਦਗੀ ਲੈ ਕੇ ਚੱਲੀ ਹੈ ਨਾ। ਮਹਾਰਾਜ ਕਹਿੰਦੇ ਜਿੰਦ ਨੇ ਕੀ ਕੀਤਾ ਇਕੱਠਾ, ਜਿੰਦ ਨੇ ਕੀਤਾ ਇਕੱਠਾ ਲੋਕ ਅਵਗਣਾ ਕੀ ਬੰਨੇ ਗੰਠੜੀ,
ਲੋਕਾਂ ਦੇ ਔਗਣਾਂ ਦੀ ਗੰਢ ਬੰਨ ਲਈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਣ ਨਾ ਲਿਹਾਜਿਆ ਕੋਈ ਕੋਈ ਗੁਣ ਨਹੀਂ ਪਿੱਤਰ ਇਕੱਠਾ ਕੀਤਾ, ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ, ਬੰਦਗੀ ਨਹੀਂ ਕੀਤਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਕਿੰਨਾ ਵੀ ਅਖੀਰ ਮੇਰਾ ਖਿਹੜਾ ਛੁੱਟ ਜਾਵੇ ਦੁਨੀਆਂ ਵਿੱਚ, ਮਾਰ ਕਿਤੇ ਏਦਾਂ ਵੀ ਛੁੱਟ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਵੇਖ ਨਾਨਕ ਧਰਮ ਐਸੇ ਚੜ ਹੈ। ਸਤਿਗੁਰੂ ਜੀ ਕਹਿੰਦੇ ਜਦੋਂ ਰੱਬ ਦੇ ਪਿਆਰੇ ਰੱਬ ਦੇ ਘਰ ਨੂੰ ਜਾਂਦੇ ਨੇ ਨਾ, ਧਰਮਰਾਜ ਜਿਹੜਾ ਆਪਣੇ ਘਰ ਦੇ ਅੱਗੇ ਖੜ ਜਾਂਦਾ ਹੈ ਬਾਗ ਦੇ ਦਰਵਾਜ਼ੇ ਵਿੱਚ, ਕਿਵੇਂ ਹੱਥ ਜੋੜ ਕਰ ਨਾਨਕ ਧਰਮ ਐਸੇ ਚੜ ਹੈ। ਕੀ ਕਹਿੰਦਾ ਹੈ? ਕੀਤੋ ਭਗਵਨ ਪੁਨੀਤ ਰੱਬ ਦੇ ਪਿਆਰਿਓ, ਰੱਬ ਦੇ ਘਰ ਚੱਲੇ ਹੋ, ਜਾਂਦੇ ਜਾਂਦੇ ਮੇਰੇ ਘਰ ਨੂੰ ਵੀ ਪਵਿੱਤਰ ਕਰ ਜਾ। ਧਰਮਰਾਜ ਕਹਿੰਦੇ ਏਦਾਂ ਕਹਿੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਗੁਰਮੁਖਾਂ ਵਾਲੀ ਜ਼ਿੰਦਗੀ ਜਿਓ, ਗੁਰਮੁਖਾਂ ਵਾਲੀ ਜ਼ਿੰਦਗੀ, ਕਿਉਂਕਿ ਜਨਮ ਨੂੰ ਤਾਂ ਮਰਨ, ਮਰਨਾ ਅਟਲ ਹੈ। ਵੇਖ ਫਰੀਦਾ ਕਿੱਥੇ ਟੈਡੇ ਮਾਪੇ ਆ, ਜਿੰਨੀ ਨੂੰ ਜਣੇ ਹੋਏ ਤੈ ਪਾਸ ਨੂੰ ਕੋਈ ਲੱਗਦੇ ਉਹ ਮਜ਼ਾ ਨਾ ਪਾਪੇ ਹੋ। ਏਦਾਂ ਦੀ ਜ਼ਿੰਦਗੀ ਬਤੀਤ ਕਰ, ਉਹਦੇ ਹੁਕਮ ਵਿੱਚ ਰਿਹਾ ਕਰ, ਉਹਦੀ ਰਜਾ ਵਿੱਚ ਰਿਹਾ ਕਰ, ਉਹਦੇ ਕੋਲ ਡਰ ਕੇ ਰਿਹਾ ਕਰ। ਨਿਰਭਉ ਜਪੈ ਸਗਲ ਭਉ ਮਿਟੈ, ਰੱਬ ਕਿਰਪਾ ਤੇ ਪ੍ਰਾਣੀ ਛੁੱਟੈ ਫਿਰ ਛੁੱਟੇ। ਤੇ ਭਾਈ ਗੁਰਦਾਸ ਜੀ ਨੇ ਦੱਸਿਆ ਗੁਰਮੁਖਾਂ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ, ਭਾਈ ਗੁਰਦਾਸ ਜੀ ਕਿਹੋ ਜਿਹਾ ਹੋਣਾ ਚਾਹੀਦਾ। ਭਾਈ ਗੁਰਦਾਸ ਉਹ ਨੇ ਜਿਨ੍ਹਾਂ ਦੇ ਕੋਲੋਂ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਕਿਤ ਕਰਵਾਈ। ਗੁਰੂ ਗ੍ਰੰਥ ਸਾਹਿਬ ਜੀ ਜਿੱਦਣ ਸ੍ਰੀ ਸੱਚਖੰਡ ਹਰਿਮੰਦਰ ਸਾਹਿਬ ਜੀ ਦੇ ਵਿੱਚ ਪ੍ਰਕਾਸ਼ ਹੁੰਦਾ ਹੈ, ਉਦੋਂ ਪਹਿਲਾਂ ਸਾਰੀਆਂ ਬਾਣੀਆਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਪੰਜਵੇਂ ਪਾਤਸ਼ਾਹ ਤੱਕ, ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਰਾਮ ਸਾਹਿਬ ਜੀ ਦੇ ਸਰੋਵਰ ਦੇ ਕੰਢੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕਰਕੇ ਸਾਰੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਕਿਤ ਕਰਵਾਈ। ਉਹ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਉਚਾਰਨ ਕੀਤੀ, ਪਰਮਾਤਮਾ ਦੀ ਸਿਫਤ ਸਲਾਹ ਕੀਤੀ, ਕਿਤੇ ਗੁਰਮੁਖਾਂ ਦਾ ਜੀਵਨ ਦੱਸਿਆ, ਕਿਤੇ ਮਨਮੁਖਾਂ ਦਾ ਜੀਵਨ ਦੱਸਿਆ। ਉਹ ਭਾਈ ਗੁਰਦਾਸ ਜੀ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੰਜੀ ਕਹਿ ਦਿੱਤੀ। ਮਹਾਰਾਜ ਜੀ ਕਹਿੰਦੇ ਜਿਦਾ ਤਾਲਾ ਜਿੰਦਰੇ ਫਿਰ ਦੁਬਾਰਾ ਪਰਿਵਾਰ ਵੱਲੋਂ ਭਾਈ ਮੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਬੇਨਤੀ ਹੈ ਕਿ ਉਹਨਾਂ ਦੀ ਲੜਕੀ ਦੇ ਆਨੰਦ ਕਾਰਜ ਹੋਣੇ ਨੇ, ਉਹ ਭਾਈ ਉੱਥੇ ਪਹੁੰਚ ਕਰਕੇ ਆਨੰਦ ਕਾਰਜਾਂ ਵਿੱਚ ਸ਼ਾਮਲ ਹੋ ਸਕਦੇ ਨੇ ਜਿਹੜੇ ਗੁਰਸਿੱਖਾਂ ਨੇ ਜਾਣਾ। ਭਾਈ ਗੁਰਦਾਸ ਜੀ ਉਹ ਨੇ ਜਿਨ੍ਹਾਂ ਦੀ ਬਾਣੀ ਨੂੰ ਪੰਜਵੇਂ ਪਾਤਸ਼ਾਹ ਜੀ ਨੇ ਗੱਲ ਕਹੀ, ਕਹਿੰਦੇ ਜਿੱਦਾਂ ਜਿਹੜਾ ਜਿੰਦਰਾ ਹੈ ਨਾ ਚਾਬੀ ਤੋਂ ਬਿਨਾਂ ਨਹੀਂ ਖੁੱਲ੍ਹਦਾ, ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇੱਕ ਜਿੰਦਰਾ ਹੈ, ਇਹਦੇ ਅਰਥ ਪੜ੍ਹਦੇ ਹੋਣ ਨਾ ਸੁਖਾਲੇ ਕਰਕੇ ਗੁਰਸਿੱਖਾਂ ਦੀ ਗੁਰੂ ਸਾਹਿਬ ਜੀ ਨੇ ਗੱਲ ਕੀਤੀ ਹੈ ਬਾਣੀ ਵਿੱਚ, ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹ ਕਰਕੇ ਉਹ ਅਰਥ ਆਪਣੇ ਆਪ ਹੀ ਖੁੱਲ੍ਹ ਜਾਣ। ਇਹ ਭਾਈ ਗੁਰਦਾਸ ਜੀ ਦਾ ਆਪਾਂ ਸ਼ਬਦ ਪੜ੍ਹਨ, ਜਨਮ ਕਬੂਲ ਹੈ ਮੌਤ, ਅਸੀਂ ਚਾਹੁੰਦੇ ਹਾਂ ਵੀ ਜਨਮੀ ਜਾਈਏ ਮੌਤ ਨਾ ਹੋਵੇ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਰੇਕ ਸਿੱਕੇ ਦੇ ਦੋ ਪਹਿਲੂ, ਜਿੱਥੇ ਦੁੱਖ ਨੇ ਉੱਥੇ ਨਾਲ ਸੁੱਖ ਨੇ, ਜਿੱਥੇ ਸੁੱਖ ਨੇ ਉੱਥੇ ਦੁੱਖ ਵੀ ਨੇ। ਜੇ ਮਹਾਰਾਜ ਕਹਿੰਦੇ ਆਪ ਪਰਮਾਤਮਾ ਨੇ ਬਣਾਈ ਹੈ ਨਾ ਇਹਨੂੰ ਬਝਾਉਣ ਵਾਸਤੇ ਪਾਣੀ ਦਾ ਵੀ ਮਹਾਰਾਜ ਜੀ ਨੇ ਇੰਤਜ਼ਾਮ ਕੀਤਾ ਹੋਵੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਜਨਮ ਹੈ ਤੇ ਮੌਤ ਹੈ, ਤੇ ਪਰ ਜਿਹੜਾ ਗੁਰਸਿੱਖ ਹੈ ਉਹ ਕੀ ਕਰਦਾ ਹੈ, ਦੁੱਖ ਸੁੱਖ ਦੋਨੋਂ ਸਮ ਕਰ ਜਾਂਦਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਜਿਹੜਾ ਗੁਰਸਿੱਖ ਹੈ ਨਾ ਉਹ ਦੁੱਖ ਨੂੰ
ਤੇ ਸੁੱਖ ਨੂੰ ਇੱਕੋ ਜਿਹਾ ਸਮਝਦਾ। ਇਹ ਨਹੀਂ ਸਾਡੇ ਵਾਂਗੂ ਆਪਾਂ ਕੀ ਕਰਦੇ ਹਾਂ ਕਿਤੇ ਸੁੱਖ ਆ ਜਾਵੇ ਇੰਨੇ ਖੁਸ਼ ਹੋ ਜਾਂਦੇ ਹਾਂ, ਸਾਨੂੰ ਕੁਝ ਚੇਤੇ ਹੀ ਨਹੀਂ। ਨਹੀਂ, ਗੁਰਸਿੱਖ ਦਾ ਜੀਵਨ, ਗੁਰਸਿੱਖ ਦੇ ਜੀਵਨ ਤੋਂ ਇੱਕ ਘਟਨਾ ਯਾਦ ਆ ਗਈ। ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੁਰਸਿੱਖ ਹੋਇਆ ਜਿਹਦਾ ਨਾਮ ਭਾਈ ਸਾਧਾ ਸੀ। ਛੇਵੇਂ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਹੈ। ਪੇਸ਼ੇ ਲੈਟਰ ਚਿੱਠੀਆਂ ਭੇਜੀਆਂ ਨੇ ਵੀ ਹੁਣ ਵੱਧ ਤੋਂ ਵੱਧ ਜਿਹੜੇ ਗੁਰਸਿੱਖ ਪਿਆਰੇ ਨੂੰ ਉਹ ਆ ਕਰਕੇ ਸਾਡੀ ਜਿਹੜੀ ਫੌਜ ਹੈ ਉਸ ਦੇ ਵਿੱਚ ਭਰਤੀ ਹੋ। ਗੁਰਸਿੱਖਾਂ ਨੂੰ ਜੋ ਗੁਰਸਿੱਖ ਬੈਠੇ ਸਨ ਭਾਵ ਜਿੱਥੇ ਰਾਜ ਹੈ ਉੱਥੇ ਨਾਲ ਪੀਰੀ ਤੇਰੇ ਕੋਲੇ ਬੰਦਗੀ ਵੀ ਹੋ। ਸਾਡੇ ਕੋਲੇ ਰਾਜ ਤੇ ਰਹਿ ਗਿਆ, ਬੰਦਗੀ ਕਿਤੇ ਨਹੀਂ ਰਹਿ ਗਈ। ਰਾਜ ਵੀ ਸਾਡੇ ਕੋਲੇ ਖਾਲਸੇ ਦਾ ਨਹੀਂ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲੈਟਰ ਵਗੈਰਾ ਚਿੱਠੀਆਂ ਵਗੈਰਾ ਭੇਜੀਆਂ ਨੇ। ਇਹ ਭਾਈ ਸਾਧਾ ਨਾਂ ਦਾ ਗੁਰਸਿੱਖ ਰਹਿੰਦਾ ਹੈ ਅਫਗਾਨ ਦੇ ਵਿੱਚ, ਅਫਗਾਨ ਦੀ ਧਰਤੀ ਤੇ ਰਹਿੰਦਾ। ਇਹਦੇ ਕੋਲੇ ਵੀ ਇੱਕ ਲੈਟਰ ਗਿਆ ਹੈ, ਚਿੱਠੀ ਗਈ ਹੈ। ਕਾਰਨ ਕਰਤਾ ਜੋ ਕਰੈ ਸਿਰ ਧਰ ਮਨ ਕਰੈ ਸ਼ੁਕਰਾਨਾ। ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਮਰ ਕਹਿੰਦੇ ਜਦੋਂ ਇਹ ਗੁਰਸਿੱਖ ਕੋਲੇ ਚਿੱਠੀ ਪਹੁੰਚੀ ਨਾ, ਗੁਰਸਿੱਖ ਨੇ ਪੜ੍ਹੀ ਚਿੱਠੀ। ਚਿੱਠੀ ਦੇ ਵਿੱਚ ਲਿਖਿਆ ਸੀ ਭਾਈ ਸਾਧੇ ਸੰਗਤਾਂ ਦੇ ਕੋਲੋਂ ਮਾਇਆ ਲੈ ਕੇ ਚੰਗੇ ਵਧੀਆ ਦੋ ਘੋੜੇ ਗੁਰੂ ਦਰਬਾਰ ਵਿੱਚ ਭੇਟ ਕਰਨੇ ਨੇ, ਤੇਰੀ ਡਿਊਟੀ ਹੈ। ਅਤੇ ਭਾਈ ਸਾਧੇ ਨੇ ਉਹ ਚਿੱਠੀ ਨੂੰ ਮੱਥੇ ਨਾਲ ਲਾਇਆ, ਸੰਗਤਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਇਹ ਜੋ ਗੁਰੂ ਸਾਹਿਬ ਜੀ ਨੇ ਡਿਊਟੀ ਲਾਈ ਹੈ ਘੋੜੇ ਲਿਆਉਣ ਦੀ, ਇਹਨੇ ਸੋਚਿਆ ਵੀ ਇਹ ਰਾਤ ਦੀ ਧਰਤੀ 'ਤੇ ਜਾਵਾਂ, ਉੱਥੇ ਘੋੜੇ ਬਹੁਤ ਵਧੀਆ ਜਵਾਨ ਚੰਗੀ ਨਸਲ ਦੇ ਮਿਲਦੇ। ਇਹਨੇ ਮਾਇਆ ਇਕੱਠੀ ਕੀਤੀ, ਮਾਇਆ ਲਈ ਪੱਲੇ ਬੰਨੀ, ਇਹ ਰਾਤ ਦੀ ਧਰਤੀ ਨੂੰ ਤੁਰ ਪਿਆ। ਰਾਤ ਪਹੁੰਚ ਗਿਆ, ਰਸਤੇ ਵਿੱਚ ਜਾਂਦਾ ਪਿਆ ਏ ਤੇ ਹੋਇਆ ਕਿ ਜਦੋਂ ਸੁਬਾਹ ਤੁਰਿਆ ਸ਼ਾਮ ਪਈ ਤੇ ਇਹਦਾ ਜਿਹੜਾ ਪੁੱਤਰ ਸੀ ਘਰ ਦੇ ਵਿੱਚ ਛੋਟਾ ਜਿਹਾ ਪੁੱਤਰ ਸੀ ਉਹ ਬਿਮਾਰ ਹੋ ਗਿਆ। ਜਿਹੜੇ ਗੁਰਸਿੱਖ ਪਿਆਰੇ ਹੋਰ ਸਨ ਨਗਰ ਦੇ ਵਿੱਚੋਂ, ਉਹਨਾਂ ਨੇ ਸੋਚਿਆ ਵੀ ਭਾਈ ਸਾਧੇ ਦਾ ਪੁੱਤਰ ਬਿਮਾਰ ਹੋ ਗਿਆ, ਭਾਈ ਸਾਧੇ ਨੂੰ ਦੱਸਣਾ ਚਾਹੀਦਾ। ਉਦੋਂ ਕੋਈ ਜ਼ਰੀਆ ਨਹੀਂ ਹੁੰਦਾ ਜਿਹੜਾ ਉਹ ਟੈਲੀਫੋਨਾਂ ਦਾ ਆਪਾਂ ਸਾਰੇ ਜਾਣਦੇ। ਉਹਨਾਂ ਨੇ ਸੋਚਿਆ ਵੀ ਭਾਈ ਸਾਧਾ ਇੱਥੋਂ ਤੁਰਿਆ ਸਵੇਰੇ, ਸ਼ਾਮਾਂ ਪਈਆਂ ਕਿਤੇ ਕਿੰਨਾ ਪੈਂਡਾ ਤੈਅ ਕਰ ਲਿਆ, ਉਹ ਰਾਤ ਦੇ ਕਿਤੇ ਨਾ ਕਿਤੇ ਠਹਿਰੇ ਪਾਈ। ਰਸਤੇ ਦਾ ਪਤਾ ਸੀ ਵੀ ਰਾਤ ਨੂੰ ਆਹ ਰਸਤਾ ਜਾਂਦਾ, ਉਸ ਰਸਤੇ ਦੋ ਤਿੰਨ ਗੁਰਸਿੱਖ ਚਲੇ ਗਏ। ਰਸਤੇ ਵਿੱਚ ਜਦੋਂ ਪਹੁੰਚੇ ਨੇ ਤੇ ਇੱਕ ਥਾਂ ਤੇ ਭਾਈ ਸਾਧਾ ਇਹਨਾਂ ਨੂੰ ਆਰਾਮ ਕਰਦਾ ਮਿਲ ਗਿਆ। ਜਾ ਕਰਕੇ ਬੇਨਤੀ ਕੀਤੀ, ਭਾਈ ਸਾਹਿਬ ਜੀ ਤੁਹਾਡਾ ਜਿਹੜਾ ਪੁੱਤਰ ਹੈ ਨਾ, ਘਰ ਦੇ ਵਿੱਚ ਇੱਕੋ ਇੱਕ ਪੁੱਤਰ ਹੈ ਭਾਈ ਸਾਧੇ ਦਾ, ਤੁਹਾਡਾ ਜਿਹੜਾ ਪੁੱਤਰ ਹੈ ਨਾ ਉਹ ਬਿਮਾਰ ਹੋ ਗਿਆ। ਤੇ ਭਾਈ ਸਾਧਾ ਕਹਿੰਦਾ ਵੀ ਫਿਰ ਕੀ ਕੀਤਾ ਜਾਵੇ। ਕਹਿੰਦੇ ਵੀ ਤੁਸੀਂ ਘਰ ਚੱਲੋ ਤੇ ਘਰੇ ਜਾ ਕਰਕੇ ਆਪਣੇ ਪੁੱਤਰ ਨੂੰ ਦਵਾਈ ਦਵਾਓ, ਉਹਦਾ ਹਾਲ ਚਾਲ ਪੁੱਛੋ। ਭਾਈ ਸਾਧੇ ਨੇ ਬੇਨਤੀ ਕੀਤੀ ਵੀ ਗੁਰਸਿੱਖੋ, ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੁਨੇਹਾ ਆਇਆ, ਛੇਤੀ ਤੋਂ ਛੇਤੀ ਆਪਾਂ ਜਿਹੜੇ ਘੋੜੇ ਲੈ ਕਰਕੇ ਉਹਨਾਂ ਦੇ ਦਰਬਾਰ ਵਿੱਚ ਭੇਜ ਰਹੇ। ਮੇਰੇ ਪੁੱਤਰ ਦੀਆਂ ਅਖੀਰਲੀਆਂ ਜਿਹੜੀਆਂ ਕਿਰਿਆਵਾਂ ਨੇ ਨਾ ਅੰਤਿਮ ਸੰਸਕਾਰ ਦੀਆਂ, ਉਹ ਤੁਸੀਂ ਨਿਭਾ ਦਿਓ, ਮੈਨੂੰ ਸਦਣਾ ਆਇਓ। ਹੋਇਆ ਕਿ ਗੁਰਸਿੱਖ ਇਹ ਸੁਨੇਹਾ ਲੈ ਕਰਕੇ ਵਾਪਸ ਨਗਰ ਵਿੱਚ ਆਏ ਕਿ ਭਾਈ ਸਾਧੇ ਨੇ ਇਹ ਜਵਾਬ ਦਿੱਤਾ। ਨਗਰ ਵਾਲੇ ਸੱਜਣ ਸਿਆਣੇ ਰਲ ਕੇ ਕਿਸੇ ਵੈਦ ਕੋਲੇ ਲੈ ਗਏ। ਵੈਦ ਨੇ ਕਿਹਾ ਵੀ ਕੋਈ ਗੱਲ ਨਹੀਂ, ਮਾਮੂਲੀ ਜਿਹਾ ਬੁਖਾਰ ਹੈ ਤੇ ਠੀਕ ਹੋ ਜਾਵੇਗਾ, ਦਵਾਈ ਦੇਵਾਂਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ,
ਕਿਉਂਕਿ ਹਰੇਕ ਡਾਕਟਰੀ ਜਿਹਦੇ ਕੋਲ ਜਾਵੋਗੇ ਨਾ ਉਹ ਇਹ ਗੱਲ ਕਹਿੰਦਾ ਕਿ ਇਹਨੂੰ ਕੁਝ ਨਹੀਂ ਹੁੰਦਾ, ਇਹ ਠੀਕ ਹੋ ਜਾਵੇ। ਪਰ ਸਤਿਗੁਰੂ ਜੀ ਕਹਿੰਦੇ ਕਬੀਰ ਬੈਦ ਕਹੈ ਮਉ ਹੀ ਭਲਾ, ਦਾਰੂ ਮੇਰੇ ਬਸ। ਮਹਾਰਾਜ ਜੀ ਕਹਿੰਦੇ ਮੈਂ ਜੀ ਸਿਰਫ ਵੈਦ ਕਹਿੰਦਾ ਦਵਾਈ ਦੇ ਸਕਦਾ, ਇਹੋ ਵਸਤ ਗੋਪਾਲ ਕੀ ਜਬ ਭਾਵੈ ਲੈ ਖਾਸ, ਇਹਦੇ ਰੱਬ ਦੀ ਵਸਤੂ ਹੈ, ਰੱਬ ਕਦੋਂ ਮਰਜ਼ੀ ਖੋ ਸਕਦਾ, ਕਦੋਂ ਮਰਜ਼ੀ ਲਿਜਾ ਸਕਦਾ ਹੈ, ਇਹ ਮੇਰੇ ਵਸ ਨੂੰ। ਵੈਦ ਨੇ ਕਿਹਾ ਕੋਈ ਗੱਲ ਨਹੀਂ ਠੀਕ ਹੋ ਜਾਵੇਗਾ। ਦਵਾਈ ਦਵਾ ਕਰਕੇ ਵਾਪਸ ਆ ਗਏ, ਬਿਮਾਰੀ ਵੱਧ ਗਈ। ਕਾਰਨ ਕੀ ਬਣਿਆ ਵੀ ਭਾਈ ਸਾਧੇ ਦਾ ਜਿਹੜਾ ਛੋਟਾ ਪੁੱਤਰ ਸੀ ਨਾ ਉਹ ਚੜ੍ਹਾਈ ਕਰ ਗਏ। ਨਗਰ ਵਾਲਿਆਂ ਨੇ ਕੀ ਕੀਤਾ, ਨਗਰ ਵਾਲਿਆਂ ਨੇ ਸਾਰਿਆਂ ਨੇ ਰਲ ਕੇ ਉਹਦੀ ਜਿਹੜੀ ਅਖੀਰਲੀ ਕਿਰਿਆ ਸੀ ਅੰਤਮ ਸੰਸਕਾਰ ਦੀ ਉਹ ਨਿਭਾ ਦਿੱਤੀ। ਭਾਈ ਸਾਧਾ ਇੱਧਰੋਂ ਇਰਾਕ ਪਹੁੰਚਿਆ ਹੈ, ਇਰਾਕ ਦੇ ਵਿੱਚੋਂ ਚੰਗੀ ਨਸਲ ਦੇ ਦੋ ਘੋੜੇ ਖਰੀਦੇ ਨੇ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਨੂੰ ਤੁਰ ਪਿਆ। ਰਸਤਾ ਪੈਂਡੇ ਤੈਅ ਕਰਦਾ ਹੋਇਆ, ਮੰਜ਼ਲਾਂ ਤੈਅ ਕਰਦਾ ਹੋਇਆ ਹਰਿਮੰਦਰ ਸਾਹਿਬ ਪਹੁੰਚਿਆ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ। ਅਤੇ ਕਹਿੰਦੇ ਸਤਿਗੁਰਾਂ ਦਾ ਦੀਵਾਨ ਲੱਗਾ ਹੋਇਆ। ਆਪਾਂ ਵਿਚਾਰ ਕਰਦੇ ਭਾਈ ਗੁਰਸਿੱਖ ਕਿਹੋ ਜਿਹਾ ਹੋਣਾ ਚਾਹੀਦਾ, ਗੁਰਸਿੱਖ ਦਾ ਜੀਵਨ ਕਿਹੋ ਜਿਹਾ ਚਾਹੀਦਾ। ਮਹਾਰਾਜ ਕਹਿੰਦੇ ਕਾਰਨ ਕਰਤਾ ਜੋ ਕਰੇ, ਜੋ ਪਰਮਾਤਮਾ ਕਰਦਾ ਏ ਸਿਰ ਧਰ ਮਨ ਕਰੇ ਸ਼ੁਕਰਾਨਾ। ਉਲਾਂਭੇ ਨਾ ਦੇਵੇ, ਆਪਾਂ ਦੇ ਉਲਾਂਭੇ ਦੇਣ ਤੁਰ ਪੈਂਦੇ। ਕੋਈ ਪੁਰਾਣੀ ਚੜ੍ਹਾਈ ਕਰ ਗਿਆ, ਹਾਏ ਰੱਬ ਨੇ ਬੜਾ ਮਾੜਾ ਕੀਤਾ ਸਾਡੇ ਨਾਲ, ਕੀ ਕੀਤਾ, ਸਾਡੀ ਚੀਜ਼ ਖੋ ਲਈ। ਮਹਾਰਾਜ ਕਹਿੰਦੇ ਗੁਰਮੁਖ ਕਿਹੋ ਜਿਹਾ ਹੋਵੇ। ਸਤਿਗੁਰੂ ਜੀ ਨੇ ਬਾਣੀ ਵਿੱਚ ਵਚਨ ਕਹੇ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਵਸਤੂ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰੱਬ ਦੀ ਹੈ, ਜੇ ਰੱਬ ਲੈ ਗਿਆ ਤਾਂ ਤੈਨੂੰ ਉਦਾਸ ਨਹੀਂ ਹੋਣਾ ਚਾਹੀਦਾ। ਮਹਾਰਾਜ ਜੀ ਨੇ ਵਚਨ ਕਹੇ ਨਾ, ਉਲਾਹਨੋ ਮੈਂ ਕਾਹੂ ਨਾ ਦਿਓ, ਮੈਨੂੰ ਉਲਾਮੇ ਨਾ ਦਿਆ ਕਰ, ਸਿਰ ਧਰ ਮਨ ਕਰੇ ਸ਼ੁਕਰਾਨਾ। ਰੱਬ ਦਾ ਸ਼ੁਕਰ ਕਰਨਾ, ਰੱਬ ਦੀ ਰਜਾ ਵਿੱਚ ਰਹਿਣਾ, ਕਹਿੰਦੇ ਇਹ ਉਹਦਾ ਹੁਕਮ ਹੈ, ਇਹ ਗੁਰਸਿੱਖ ਦਾ ਜੀਵਨ ਹੋਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਲੱਗਾ ਹੋਇਆ, ਭਾਈ ਸਾਧਾ ਪਹੁੰਚਿਆ ਜੀ, ਕਹਿੰਦੇ ਇੱਧਰੋਂ ਦੀਵਾਨ ਦੀ ਸਮਾਪਤੀ ਹੋ ਗਈ। ਭਾਈ ਸਾਧੇ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਅਤੇ ਮਹਾਰਾਜ ਜੀ ਉੱਠ ਕੇ ਚਲੇ ਗਏ। ਭਾਈ ਸਾਧੇ ਦੇ ਮਨ ਵਿੱਚ ਬੜੀ ਇੱਕ ਸੋਚ ਆਈ ਵੀ ਮਹਾਰਾਜ ਜੀ ਨੇ ਮੈਨੂੰ ਵੇਖ ਵੀ ਲਿਆ ਪਰ ਫਿਰ ਵੀ ਉੱਠ ਕੇ ਚਲੇ ਗਏ। ਸੰਗਤਾਂ ਆਪੋ ਆਪਣੇ ਘਰਾਂ ਨੂੰ ਲੰਗਰ ਪ੍ਰਸ਼ਾਦਾ ਛਕਣ ਵਾਸਤੇ ਜਿੱਧਰ ਨੂੰ ਜਾਣਾ ਸੀ ਚਲੇ ਗਈਆਂ। ਭਾਈ ਸਾਧਾ ਵੀ ਇੱਕ ਥਾਂ 'ਤੇ ਖਲੋ ਗਿਆ ਅਤੇ ਕਹਿੰਦੇ ਜਦੋਂ ਖਲੋਤਾ ਹੈ ਤਾਂ ਇੱਕ ਪਾਸੇ ਤੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵੇਖ ਕਰਕੇ ਭਾਈ ਸਾਧੇ ਨੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਜੀ ਨੇ ਭਾਈ ਸਾਧੇ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਅਤੇ ਬੜਾ ਪਿਆਰ ਦਿੱਤਾ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਆਪ ਜੀਆਂ ਨੇ ਡਿਊਟੀ ਲਾਈ ਸੀ ਘੋੜਿਆਂ ਦੀ, ਘੋੜੇ ਲੈ ਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਧੇ ਨੂੰ ਕਿਹਾ, ਭਾਈ ਸਾਧੇ ਤੇਰੀ ਸੇਵਾ, ਤੇਰੇ ਘੋੜੇ ਅਤੇ ਤੇਰਾ ਪੁੱਤਰ, ਤੁਸੀਂ ਤਿੰਨੋਂ ਹੀ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਗਏ। ਭਾਈ ਸਾਧਾ ਬੜਾ ਹੈਰਾਨ ਰਿਹਾ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਂ ਤੇ ਮੇਰੀ ਸੇਵਾ ਤੇ ਠੀਕ ਹੈ ਪ੍ਰਵਾਨ ਹੋ ਗਏ ਹੋਵਾਂਗੇ, ਪਰ ਮੈਨੂੰ ਪੁੱਤਰ ਵਾਲੀ ਗੱਲ ਦੀ ਸਮਝ ਨਹੀਂ ਆਈ। ਮਹਾਰਾਜ ਸੱਚੇ ਪਾਤਸ਼ਾਹ ਨਾ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਜਿਹੜਾ ਹੈ ਦਿਲਾਂ ਦੀਆਂ ਜਾਣਨ ਵਾਲਾ, ਗੁਰੂ ਸਭ ਕੁਝ ਸਮਝਣ ਵਾਲਾ ਹੈ। ਜੇ ਆਪਾਂ ਆਖੀਏ ਨਾ ਗੁਰੂ ਨੂੰ ਕੁਝ ਪਤਾ ਨਹੀਂ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤੇਰੀ ਤੁਸ਼ ਬੁੱਧੀ ਹੋ ਸਕਦੀ। ਕਹਿਣ ਲੱਗੇ ਭਾਈ ਸਾਧਿਆ, ਤੂੰ ਨਗਰ ਵਿੱਚੋਂ ਤੁਰਿਆ ਸੀ, ਤੇਰਾ ਪੁੱਤਰ ਬਿਮਾਰ ਹੋ ਗਿਆ ਸੀ,
ਤੂੰ ਸੱਜਣਾਂ ਨੂੰ ਆਪਣੀ ਨਗਰ ਵਾਲੇ ਸਿੰਘਾਂ ਨੂੰ ਸਿੱਖਾਂ ਨੂੰ ਬੇਨਤੀ ਕੀਤੀ ਸੀ ਵੀ ਤੁਸੀਂ ਉਹਨੂੰ ਦਵਾਈ ਦਵਾਓ, ਦਵਾਈ ਦਵਾਈ। ਤੇਰਾ ਝੱਗੀ ਸਿੰਘ ਤੇਰਾ ਪੁੱਤਰ ਚੜ੍ਹਾਈ ਕਰ ਗਿਆ, ਉਹਨਾਂ ਨੇ ਮਗਰੋਂ ਕਿਰਿਆ ਕਰਮ ਵੀ ਕਰ ਦਿੱਤਾ। ਇਸ ਕਰਕੇ ਅਸੀਂ ਤੈਨੂੰ ਇਹ ਗੱਲ ਕਹੀ ਹੈ ਵੀ ਤੇਰਾ ਪੁੱਤਰ ਵੀ ਦਰ ਘਰ ਦੇ ਵਿੱਚ ਗੁਰੂ ਘਰ ਦੇ ਵਿੱਚ ਪ੍ਰਵਾਨ ਹੋ ਗਿਆ। ਮਹਾਰਾਜ ਜੀ ਦੇ ਚਰਨਾਂ 'ਤੇ ਸੀਸ ਝੁਕਾਇਆ। ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਜੀ ਆਪ ਜੀਆਂ ਦਾ ਬੜਾ ਕੋਟਾਨਕੋਟ ਧੰਨਵਾਦ ਹੈ, ਤੁਸੀਂ ਮੇਰੀ ਸੇਵਾ ਮੈਨੂੰ ਅਤੇ ਮੇਰੇ ਪੁੱਤਰ ਨੂੰ ਆਪਣੇ ਘਰ ਵਿੱਚ ਆਪਣੇ ਚਰਨਾਂ ਵਿੱਚ ਥਾਂ ਦੇ ਦਿੱਤੀ। ਅਤੇ ਮਹਾਰਾਜ ਜੀ ਨੇ ਭਾਈ ਸਾਧੇ ਨੂੰ ਇਤਿਹਾਸ ਕਹਿੰਦਾ ਹੈ ਆਪਣੀ ਛਾਤੀ ਦੇ ਨਾਲ ਲਾਇਆ ਅਤੇ ਮਹਾਰਾਜ ਜੀ ਨੇ ਤਿੰਨ ਵਚਨ ਕੀਤੇ ਸੀ, ਭਾਈ ਸਾਧਿਆ ਨਿਹਾਲ ਨਿਹਾਲ ਨਿਹਾਲ, ਤੂੰ ਨਿਹਾਲ, ਤੇਰੀ ਸੇਵਾ ਨਿਹਾਲ, ਤੇਰਾ ਪੁੱਤਰ ਵੀ ਨਿਹਾਲ, ਤੇਰਾ ਪਰਿਵਾਰ ਵੀ ਨਿਹਾਲ। ਇਹ ਹੁੰਦਾ ਗੁਰਸਿੱਖਾਂ ਦਾ ਜੀਵਨ। ਤਾਂ ਹੀ ਭਾਈ ਗੁਰਦਾਸ ਜੀ ਨੇ ਕਿਰਪਾ ਕੀਤੀ, ਕਹਿੰਦੇ ਕਾਰਨ ਕਰਤਾ ਜੋ ਰੱਬ ਕਰਦਾ ਹੈ ਨਾ, ਫਿਰ ਮਸਤਕ ਨਿਵਾ ਕਰਕੇ ਸਿਰ ਤੇ ਭਾਰ ਕਰਕੇ ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਰੱਬ ਦੇ ਅੱਗੇ ਝੁਕ ਕਰਕੇ ਉਹਦਾ ਸ਼ੁਕਰ ਕਰਿਆ ਕਰ, ਉਹਦਾ ਸ਼ੁਕਰੀਆ ਉਹਦਾ ਧੰਨਵਾਦ ਕਰਿਆ ਕਰ ਪਰਮਾਤਮਾ ਦਾ। ਤੇ ਕਹਿੰਦੇ ਮਨ ਭਾਵ ਹੈ ਖਸਮੈ ਕਾ ਭਾਣਾ, ਜਿਵੇਂ ਪਰਮਾਤਮਾ ਨੂੰ ਭਾਉਂਦਾ ਏ, ਖਸਮ ਨੂੰ ਭਾਉਂਦਾ ਏ, ਉਹਦੇ ਭਾਣੇ ਨੂੰ ਗੁਰਸਿੱਖ ਮੰਨਦੇ ਨੇ। ਪੈਰੀ ਪੈ ਪਾ ਖਾਕ ਹੋਏ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੱਦਾਂ ਚਰਨਾਂ ਦੀ ਧੂੜ ਹੁੰਦੀ ਹੈ, ਦਰਗਹਿ ਪਾਵੇ ਮਾਣ ਨਿਮਾਣਾ, ਕਹਿੰਦੇ ਮਿੱਟੀ ਦੇ ਵਾਂਗੂ ਨਿਮਾਣਾ ਬਣ ਜਾਵੇ ਤੇ ਗੁਰਸਿੱਖਾਂ ਤੋਂ ਵੀ ਰੱਬ ਦੇ ਘਰ ਦੇ ਵਿੱਚ ਨਿਮਾਣਾ ਬਣ ਸਕਦਾ ਹੈ, ਮਾਣ ਪਾ ਸਕਦਾ ਹੈ ਰੱਬ ਦੇ ਘਰ ਵਿੱਚ। ਵਰਤ ਮਾਣ ਵਿੱਚ ਵਰਤਦਾ, ਤੇ ਸਤਿਗੁਰੂ ਜੀ ਕਹਿੰਦੇ ਨੇ ਹੋਵਣ ਮਾਪ ਸੋਈ ਪਰਵਾਣਾ, ਜੋ ਵਰਤਮਾਨ ਦੇ ਵਿੱਚ ਵਰਤ ਰਿਹਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜੋ ਇਸ ਵਕਤ ਜੋ ਵੀ ਹੋ ਰਿਹਾ ਹੈ, ਸਤਿਗੁਰੂ ਜੀ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਰੱਬ ਦੇ ਹੁਕਮ ਦੇ ਵਿੱਚ ਹੈ, ਹੋਮਣ ਹਾਰ ਸੋਈ ਪਰਵਾਣਾ। ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਹਨਾਂ ਗੱਲਾਂ ਨੂੰ ਮੰਨਦੇ ਨੇ ਨਾ ਵੀ ਇਹ ਜੋ ਕੁਝ ਹੈ ਪਰਮਾਤਮਾ ਦੇ ਹੁਕਮ ਵਿੱਚ ਹੈ, ਕਾਰਨ ਕਰਤਾ ਜੋ ਕਰੈ ਸਿਰ ਭਰ ਮਨ ਭਰੈ ਸ਼ੁਕਰਾਨਾ, ਆ ਵਿੱਚ ਰਾਜੀ ਰਿਹਾ ਕਰ ਤੇ ਰਹਿ ਏਦਾਂ ਦੁਨੀਆਂ ਅੰਦਰ ਜਿਉਂ ਮਹਿਮਾਨ, ਜਿੱਦਾਂ ਘਰ ਦੇ ਵਿੱਚ ਮਹਿਮਾਨ ਆਉਂਦੇ ਨੇ, ਪ੍ਰਾਹੁਣੇ ਆਉਂਦੇ ਨੇ ਨਾ, ਤੇ ਰਾਤ ਦੀ ਰਾਤ ਗੁਜ਼ਾਰ ਕਰਕੇ ਤੂੰ ਵੀ ਸੰਸਾਰ ਵਿੱਚ ਚਲੀ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨਾ ਬਿਰਖਾ ਹੇਠ ਸਭ ਜੰਤ ਇਹ ਬੈਠੇ, ਇੱਕ ਦਰਖਤ ਹੈ ਇਹਦੇ ਥੱਲੇ ਕਈ ਤਰ੍ਹਾਂ ਦੇ ਆਪਣੇ ਵਰਗੇ ਜੀਵ ਬੈਠੇ ਨੇ, ਕੋਈ ਪੱਤਾ ਬੋਲ ਰਿਹਾ, ਕੋਈ ਭੈੜਾ ਬੋਲ ਰਿਹਾ, ਕੋਈ ਗੁਰਮੁਖ ਬਾਣੀ ਪੜ੍ਹ ਰਿਹਾ। ਨਾਮ ਨਹੀਂ ਕਹਿੰਦੇ ਜਿੱਦਾਂ ਸੂਰਜ ਅਸਤ ਹੋ ਜਾਂਦਾ ਹੈ ਨਾ ਤੇ ਪੰਛੀ ਉੱਠ ਜਾਂਦੇ ਨੇ, ਇਸੇ ਤਰ੍ਹਾਂ ਮਾਰੇ ਕਹਿੰਦੇ ਜਿੱਦਣ ਤੇਰੀ ਜ਼ਿੰਦਗੀ ਦਾ ਸੂਰਜ ਅਸਤ ਹੋ ਗਿਆ, ਕਹਿੰਦੇ ਏਦਾਂ ਰਹਿ ਜਿੱਦਾਂ ਦੁਨੀਆਂ ਵਿੱਚ ਤੂੰ ਮਹਿਮਾਨ ਆਇਆ, ਕਿਉਂਕਿ ਜਾਣਾ ਹੈ ਸੰਸਾਰ ਛੱਡ ਕੇ, ਇਹਨੂੰ ਸਦਾ ਥਿਰ ਨਾ ਸਮਝ ਵੀ ਮੈਂ ਜਿੰਨਾ ਚਿਰ ਰਵਾਂ ਮੇਰੀ ਮਰਜ਼ੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਥੇ ਤੇ ਬਹੁ ਪਾਏ, ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਏ, ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਵੀ ਲੈ ਜਾਏ, ਬਿਨਾਂ ਪੁੱਛਣ ਤੋਂ ਹੀ ਰੱਬ ਲੈ ਜਾਂਦਾ, ਪੁੱਛਣਾ ਨਹੀਂ ਆਉਂਦਾ। ਇਸ ਕਰਕੇ ਨਿਮਾਣਾ ਬਣ ਕੇ ਰਹਿ, ਮਹਿਮਾਨ ਬਣ ਕੇ ਰਹਿ, ਨਾਮ ਜਪਿਆ ਕਰ। ਸਤਿਗੁਰੂ ਜੀ ਕਹਿੰਦੇ ਸਮੇਂ ਦਾ ਪਤਾ ਨਹੀਂ, ਮੌਤ ਦਾ ਪਤਾ ਨਹੀਂ ਕਦੋਂ ਆ ਜਾਣਾ। ਸਤਿਗੁਰੂ ਜੀ ਕਹਿੰਦੇ ਨੇ ਦੁਨੀਆਂ ਅੰਦਰ ਜਿਉਂ ਮਹਿਮਾਨਾ, ਜਿੱਦਾਂ ਦੁਨੀਆਂ ਵਿੱਚ ਨਿਰੰਕਾਰ ਦੇ ਅਚਰਜ ਕੌਤਕ ਨੂੰ ਸਮਝ, ਵਿਸਮਾਦੀ ਵਿਸਮਾਦ ਵਿੱਚ ਕੁਦਰਤ ਕਾਦਰ ਨੂੰ ਕੁਰਬਾਣਾ, ਕਹਿੰਦੇ ਮੈਂ ਉਹਦੀ ਕੁਦਰਤ ਨੂੰ ਤੇ ਪਰਮਾਤਮਾ ਨੂੰ ਕਹਿੰਦੇ ਉਹਦੇ ਤੋਂ ਕੁਰਬਾਨ ਜਾਣਾ, ਜਿਹਨੇ ਇਹ ਇੱਕ ਅਚਰਜ ਖੇਡ ਬਣਾਈ ਹੈ ਰੱਬ ਨੇ ਦੁਨੀਆਂ,
ਕਹਿੰਦੇ ਐਸੀ ਰੱਬ ਦੀ ਦੁਨੀਆਂ ਨੂੰ ਕਾਦਰ ਨੂੰ ਤੇ ਕੁਦਰਤ ਨੂੰ ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਭਾਈ ਗੁਰਦਾਸ ਜੀ ਕਹਿੰਦੇ ਮੇਰੇ ਵਾਹ ਕਰ ਜ਼ਿੰਦਗੀ ਦਾ ਲੇਪ ਰਹਿ ਕਰਕੇ ਨਿਰਲੇਪ ਰਹਿ ਕਰਕੇ ਜਿਉਂ ਕਮਲ ਰਹਿੰਦਾ ਵਿੱਚ ਪਾਣੀ ਹੈ ਕਮਲ ਦੀ ਜ਼ਿੰਦਗੀ ਕਮਲ ਦੇ ਫੁੱਲ ਦੀ ਜ਼ਿੰਦਗੀ ਪਾਣੀ ਹੈ ਚਿੱਕੜ ਹੈ ਜੇ ਉਹਦੇ ਵਿੱਚ ਡੁੱਬ ਜਾਵੇ ਉਹਦੀ ਮੌਤ ਹੈ ਜੇ ਉਹਦੇ ਵਿੱਚ ਬਾਹਰ ਹੋ ਜਾਵੇ ਤਾਂ ਵੀ ਮੌਤ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਤੂੰ ਹੈ ਮਹਾਰਾਜ ਕਹਿੰਦੇ ਤੂੰ ਰੱਬ ਦੇ ਚਰਨਾਂ ਵਿੱਚ ਲੀਨ ਹੋਣ ਵਾਸਤੇ ਆਇਆ ਮਨੁੱਖਾ ਜਨਮ ਮਿਲਿਆ ਰੱਬ ਦੇ ਵਿੱਚ ਲੀਨ ਹੋਣ ਵਾਸਤੇ ਕਹਿੰਦੇ ਇਹ ਨਾ ਹੋਵੇ ਦੁਨੀਆਂ ਦੇ ਵਿੱਚ ਚਿੱਕੜ ਦੇ ਵਿੱਚ ਫਸ ਕੇ ਅੰਨਾ ਕਿਤੇ ਬਣਿਆ ਰਵੇ ਤੈਨੂੰ ਰੱਬ ਨੇ ਇਸੇ ਕਰਕੇ ਮਨੁੱਖਾ ਜੀਵਨ ਨੂੰ ਬਖਸ਼ਿਸ਼ ਕੀਤਾ ਹੈ ਉਹਦੀ ਰਜਾ ਵਿੱਚ ਰਿਹਾ ਕਰ ਉਹਦੇ ਹੁਕਮ ਵਿੱਚ ਰਿਹਾ ਕਰ ਨਾਮ ਜਪ ਕਰਕੇ ਬਾਣੀ ਪੜ੍ਹ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦਾ ਯਤਨ ਕਰ ਇਹ ਸੀ ਭਾਈ ਗੁਰਦਾਸ ਜੀ ਦਾ ਜੋ ਸ਼ਬਦ ਆਪਾਂ ਪੜ੍ਹਿਆ ਸੀ ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ ਜਿੰਨੀ ਸਤਿਗੁਰਾਂ ਨੇ ਬੁੱਧੀ ਬਖਸ਼ਿਸ਼ ਕੀਤੀ ਸੀ ਉਸ ਹਿਸਾਬ ਦੇ ਨਾਲ ਆਪ ਜੀਆਂ ਨੇ ਵਿਚਾਰ ਕੀਤੀ ਹੈ ਅਖੀਰ ਬੇਨਤੀ ਹੈ ਮਨ ਆਪਾਂ ਪਹਿਲਾਂ ਸ਼ਬਦ ਪੜ੍ਹਿਆ ਸੀ ਮਾਂ ਪਿਓ ਪਰ ਹਰ ਸੁਣੇ ਵੇਦ ਇਹ ਵੀ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਮਾਤਾ ਪਿਤਾ ਦੀ ਸੇਵਾ ਕਰਨਾ ਸਾਡਾ ਮੁੱਢਲਾ ਫਰਜ਼ ਹੈ ਸਭ ਤੋਂ ਪਹਿਲਾਂ ਫਰਜ਼ ਸਾਡਾ ਇਹ ਹੈ ਕਿਉਂਕਿ ਮਾਤਾ ਪਿਤਾ ਨੇ ਸਾਨੂੰ ਜਨਮ ਦਿੱਤਾ ਮਾਏ ਨਾ ਹੋਤੀ ਬਾਪ ਨਾ ਹੋਤਾ ਕਰਮ ਨਾ ਹੀ ਕਰਮ ਨਾ ਹੋਤੀ ਤਾਇਆ ਹਮ ਨਹੀਂ ਹੋਤੇ ਤੁਮ ਨਹੀਂ ਹੋਤੇ ਤਮਨ ਕਹਾਂ ਤਿਆ ਜੇ ਮਾਤਾ ਪਿਤਾ ਨਾ ਹੁੰਦੇ ਤਾਂ ਕਹਿੰਦੇ ਤੂੰ ਨਹੀਂ ਸੀ ਸੰਸਾਰ ਵਿੱਚ ਆ ਸਕਦੇ ਗੱਲ ਕਰਕੇ ਬੇਨਤੀ ਕੀਤੀ ਜਾਵੇ ਜੇ ਅਸੀਂ ਮਾਪਿਆਂ ਦੀ ਸੇਵਾ ਕਰਾਂਗੇ ਨਾ ਸਾਡੇ ਬੱਚੇ ਸਾਡੀ ਸੇਵਾ ਕਰਨਗੇ ਜੇ ਅੱਜ ਅਸੀਂ ਮਾਪਿਆਂ ਦੀ ਸੇਵਾ ਤੋਂ ਆਕੀ ਆ ਨਾ ਇਹ ਨਾ ਸੋਚੀਏ ਫਿਰ ਫਿਰ ਸਾਡੇ ਬੱਚੇ ਸੋ ਲੁੜੇ ਕਰਮਾਂ ਸਦਣਾ ਖੇਤ ਲੋੜੇ ਦਾਸ ਬਿਜਾਉਰੀਆਂ ਕਿੱਕਰ ਬੀਜੇ ਜੱਟ ਜੇ ਤੂੰ ਇਹ ਸੋਚੀ ਨਾ ਵੀ ਮੈਂ ਕਿੱਕਰਾਂ ਬੀਜ ਕੇ ਤੇ ਵਿੱਚੋਂ ਬਿਜੌਰ ਲਾ ਕੇ ਦੀਆਂ ਦਾਖਾਂ ਭਾਲ ਲਾਂਗਾ ਨਹੀਂ ਕਹਿੰਦੇ ਕਹਿੰਦੇ ਅੱਜ ਮਾਤਾ ਪਿਤਾ ਦੀ ਸੇਵਾ ਤੂੰ ਨਹੀਂ ਨਾ ਕਰਦਾ ਕੱਲ ਨੂੰ ਤੇਰੀ ਵੀ ਨਹੀਂ ਕਰਦਾ ਜੇ ਅੱਜ ਇੱਕ ਨੂੰਹ ਅੱਜ ਆਪਣੀ ਸੱਸ ਨੂੰ ਚੰਗਾ ਨਹੀਂ ਨਾ ਸਮਝਦੀ ਕੱਲ ਨੂੰ ਉਹਨੇ ਵੀ ਸੱਸ ਕਰਨਾ ਮਹਾਰਾਜ ਕਹਿੰਦੇ ਜੈਸਾ ਬੀਜੈ ਸੋ ਲੁਣੈ ਇਹ ਰੀਤ ਨੌਂ ਸੱਸ ਵਾਲੀ ਤਾਂ ਖਤਮ ਹੋ ਸਕਦੀ ਹੈ ਜੇ ਮਾਂ ਇਹ ਸਮਝੇ ਵੀ ਮੇਰੀ ਧੀ ਇੱਕ ਸੀ ਮੈਂ ਅੱਗੇ ਵਿਆਹ ਦਿੱਤੀ ਹੁਣ ਤੇ ਮੇਰੀ ਧੀ ਇਹੀ ਹੈ ਜੇ ਨੂੰਹ ਇਹ ਸਮਝ ਲੱਗ ਪਵੇ ਮੈਂ ਆਪਣੀ ਸਕੀ ਮਾਂ ਦੇ ਪਿੱਛੇ ਛੱਡ ਆਈ ਹਾਂ ਹੁਣ ਮੇਰੀ ਮਾਂ ਇਹ ਹੈ ਮਾਂ ਸਮਝ ਕੇ ਸੇਵਾ ਕਰੇ ਤੇ ਨੌਂ ਸੱਸ ਵਾਲਾ ਜਿਹੜਾ ਇੱਕ ਭੈੜਾ ਰਿਸ਼ਤਾ ਜਿਹਾ ਮੰਨਿਆ ਜਾਂਦਾ ਅੱਜ ਵੇਖੀਏ ਨਾ ਵਿਚਾਰ ਕਰਕੇ ਨੂੰਹ ਸੱਸ ਜਦੋਂ ਇਹ ਸ਼ਬਦ ਆ ਜਾਂਦਾ ਉਦੋਂ ਹੀ ਹਾਸਾ ਜਿਹਾ ਹੋ ਜਾਂਦਾ ਬੰਦੇ ਸ਼ਹਿਰੋਂ ਕੁਝ ਲੈ ਕੇ ਆਉਂਦਾ ਵਾ ਉਹ ਕਹਿੰਦਾ ਪੁੱਤ ਬੜੀ ਭੁੱਖ ਲੱਗੀ ਹੈ ਰੋਟੀ ਖਵਾ ਦੇ ਕਹਿੰਦੀ ਬਾਪੂ ਮੁੰਡੇ ਨੂੰ ਲਿਆਉਣ ਦਾ ਟਾਈਮ ਹੋ ਗਿਆ ਮੁੰਡੇ ਨੂੰ ਜਾ ਕੇ ਲੈ ਆ ਆਪਣੇ ਪੋਤੇ ਨੂੰ ਫਿਰ ਆ ਕੇ ਰੋਟੀ ਖਾ ਲੂ ਪੋਤਰੇ ਨੂੰ ਵੀ ਲੈ ਆਉਂਦਾ ਕਹਿੰਦਾ ਲਿਆ ਪੁੱਤ ਰੋਟੀ ਆਉਂਦਿਆਂ ਨੂੰ ਜਿਹੜਾ ਘਰ ਵਾਲਾ ਹੁੰਦਾ ਪੁੱਤਰ ਹੁੰਦਾ ਉਹ ਰੋਟੀ ਖਾਣ ਦਿਆ ਹੁੰਦਾ ਤੇ ਲਿਆ ਕੇ ਦੋ ਰੋਟੀਆਂ ਤੇ ਅਚਾਰ ਦੇ ਨਾਲ ਬਜ਼ੁਰਗ ਨੂੰ ਫੜਾ ਦਿੰਦੀ ਹੈ ਉਹ ਬੜਾ ਦੁਖੀ ਹੁੰਦਾ ਵਿਚਾਰਾ ਕਹਿੰਦਾ ਸਵੇਰ ਦਾ ਭੁੱਖਾ ਹੈ ਤੇ ਉਹ ਖਾਂਦਾ ਨਹੀਂ ਰੋਟੀ ਤੇ ਉੱਧਰੋਂ ਉਂਗਲਾਂ ਚਾੜੀਆਂ ਹੁੰਦੀਆਂ ਨਾ ਪੁੱਤ ਨੂੰ ਉਂਗਲਾਂ ਚਾੜੀਆਂ ਸੀ ਵੀ ਤੇਰੇ ਪਿਓ ਨੇ ਇੱਦਾਂ ਕਰਨਾ ਆ ਕੇ ਤੇ ਉਦੋਂ ਜਿਹੜਾ ਪੁੱਤ ਸੀ ਗੱਲ ਪੈ ਗਿਆ ਬਜ਼ੁਰਗ ਕਹਿੰਦਾ ਮੈਂ ਨਹੀਂ ਘਰ ਵਿੱਚ ਰਹਿਣਾ ਮੈਂ ਚੱਲਿਆ ਬਿਰਧ ਆਸ਼ਰਮ ਬਣ ਕੇ ਨਾ ਬਹੁਤ ਆਪਾਂ ਹੀ ਬਣਾ ਦਿੱਤੇ ਕਿਸੇ ਵੀ ਪਾਸਿਓਂ ਆ ਕੇ ਨਹੀਂ ਬਣਾਏ ਬਣਾਉਣੇ ਨਹੀਂ ਸੀ ਚਾਹੀਦੇ ਬਣਨੇ ਨਹੀਂ ਸੀ ਚਾਹੀਦੇ ਕਿਉਂਕਿ ਬਜ਼ੁਰਗ ਸਾਡਾ ਅਤੀਤ ਨੇ ਜਿਹਦੀ ਉਸ ਅਮਾਨਤ ਤੋਂ ਅਸੀਂ ਆਪਣੇ ਪੁਰਜਾਂ ਪੁੱਤਰਾਂ ਨੂੰ ਧੀਆਂ ਨੂੰ ਕੀ ਦੇ ਕੇ ਜਾਵਾਂਗੇ ਕਰਜ਼ਾ ਹਰੇਕ ਜ਼ਮੀਨ ਦੇ ਉੱਤੇ ਕਰਜ਼ਾ
ਤੇ ਪੁੱਤਰਾਂ ਨੇ ਤੇ ਇਹ ਕਹਿਣਾ ਬਾਪੂ ਤੂੰ ਤੇ ਮਰ ਜਾਣਾ, ਮੈਂ ਤੇ ਸਾਰੀ ਜ਼ਿੰਦਗੀ ਤੇਰਾ ਕਰਜ਼ਾ ਹੀ ਲਾਉਂਦਾ ਰਹੂੰਗਾ, ਹੋਰ ਤੇ ਮੈਂ ਕੁਛ ਬਣਾ ਨਹੀਂ ਸਕਦਾ। ਕਿਉਂਕਿ ਬਜ਼ੁਰਗਾਂ ਦੀ ਗੱਲ ਨਹੀਂ ਨਾ ਮੰਨੀ। ਸਾਡਾ ਬਜ਼ੁਰਗ ਮੈਨੂੰ ਅੱਜ ਵੀ ਚੇਤੇ ਆ, ਮੈਂ ਘਰ ਪਾਉਣਾ ਸੀ ਤੇ ਮੈਂ ਉਹਨੂੰ ਕਿਹਾ ਸੀ ਕਰਜ਼ਾ ਲੈ ਲਈਏ, ਕਹਿੰਦਾ ਨਾ ਪੁੱਤਰਾ ਕਰਜ਼ਾ ਨਹੀਂ ਲੈਣਾ, ਪੈਂਦਾ ਪਾ ਨਹੀਂ ਪੈਂਦਾ ਨਾ ਪਾ ਕਰਜ਼ਾ ਨਹੀਂ ਲੈ ਕੇ ਦੇਣਾ, ਕਹਿੰਦਾ ਮੈਂ ਜ਼ਮੀਨ। ਕਿਉਂਕਿ ਬਜ਼ੁਰਗਾਂ ਦੀ ਗੱਲ ਮੰਨਾਂਗੇ ਨਾ ਸਾਡਾ ਸਮਾਜ ਸਾਡਾ ਸੁਧਾਰ ਹੋ ਸਕਦਾ। ਤੇ ਭਾਈ ਗੁਰਦਾਸ ਜੀ ਨੇ ਕਿਹਾ ਮਾਂ ਪਿਓ ਪਰ ਹਰ ਸੁਣੇ ਵੇਦ, 100 ਰੁਪਈਆ ਮੈਨੂੰ ਚਾਹੀਦਾ ਤੇ ਬਾਹਰ ਜਾ ਕੇ 1000 ਰੁਪਈਆ ਵੰਡਦਾ ਫਿਰਦਾ। ਭਾਈ ਗੁਰਦਾਸ ਜੀ ਕਹਿੰਦੇ ਕਿਸੇ ਕੰਮ ਬਜ਼ੁਰਗ ਸੀ ਜਿਹੜਾ, ਕਹਿੰਦਾ ਮੈਂ ਤੇ ਘਰੋਂ ਚੱਲਿਆ, ਤੇ ਜਿਹੜਾ ਪੋਤਰਾ ਕਹਿੰਦਾ ਸੀ ਮੈਂ ਵੀ ਬਾਪੂ ਨਾਲ ਚੱਲਿਆ। ਕਿਉਂਕਿ ਪੋਤਰੇ ਸਭ ਕੁਝ ਵੇਹਦੇ ਆ ਨਾ ਘਰਾਂ ਦੇ ਵਿੱਚ ਹੁੰਦਾ, ਤੇ ਪੋਤਰਾ ਕਹਿੰਦਾ ਮੈਂ ਵੀ ਚੱਲਿਆ। ਉਹ ਕਹਿੰਦਾ ਪੁੱਤਰਾ ਤੂੰ ਕੀ ਲੈਣ ਚੱਲਿਆ? ਕਹਿੰਦਾ ਵੀ ਯਾਦ ਰੱਖਿਓ ਅੱਜ ਤੁਸੀਂ ਮੇਰੇ ਦਾਦੇ ਨਾਲ ਇੱਦਾਂ ਕਰਦੇ ਹੋ ਨਾ, ਮੈਂ ਵੀ ਕੱਲ੍ਹ ਨੂੰ ਤੁਹਾਡੇ ਨਾਲ ਇੱਦਾਂ ਹੀ ਕਰਦਾ। ਆਪਾਂ ਉਵੇਂ ਦੇ ਉਵੇਂ ਖਲੋਤੀ ਰਹੀਏ, ਇੱਕ ਜਾਣੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ। ਘਰਾਂ ਘਰਾਂ ਦੇ ਵਿੱਚੋਂ ਇਹ ਚੀਜ਼ ਇਹ ਰੀਤ ਆਰੰਭ ਕਰੀਏ। ਬਹੁਤਾਤ ਦੇ ਵਿੱਚ ਮੈਂ ਕਹਿੰਦਾ 5% ਬਜ਼ੁਰਗ ਆ ਜਿਹੜੇ ਸੇਵਾ ਕਰਾਉਂਦੇ ਆ, ਨਹੀਂ ਤੇ ਵਿਚਾਰੇ ਤੁਰੇ ਫਿਰਦੇ ਹੀ ਤੁਰ ਜਾਂਦੇ ਮੰਜਿਆਂ ਤੇ। ਕੋਈ 5-4% ਹੀ ਪੈਂਦੇ ਆ, ਤੁਰੇ ਫਿਰਦੇ ਤੁਰ ਜਾਂਦੇ। ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆ, ਮਰ ਕਹਿੰਦੇ ਕਾਹੇ ਪੂਤ ਝਬਰਤ ਹਉ ਸੰਗ ਬਾਪ। ਪੁੱਤਰਾ ਆਪਣੇ ਪਿਓ ਦੇ ਨਾਲ ਆਪਣੀ ਮਾਤਾ ਦੇ ਨਾਲ ਕਿਉਂ ਝਗੜਦਾ ਏ? ਇੱਕ ਹੀ ਵੀਡੀਓ ਮੈਂ ਅੱਜ ਸਵੇਰੇ ਵੇਖੀ ਨੈੱਟ ਤੇ, ਇੱਕ ਪੁੱਤਰ ਆਪਣੀ ਮਾਤਾ ਨੂੰ ਤੇ ਆਪਣੇ ਪਿਓ ਨੂੰ ਬਹੁਤ ਜ਼ਿਆਦਾ ਕੁੱਟਦਾ ਪਿਆ, ਉਹਨਾਂ ਦੀ ਦੁਕਾਨ ਹੁੰਦੀ ਤੇ ਬਾਪ ਜਿਨਕੇ ਜਣੇ ਜਿਨ੍ਹਾਂ ਦਾ ਜਣਿਆ ਹੋਇਆ ਜੰਮਿਆ ਹੋਇਆ ਜਿਨਕੇ ਜਣੇ ਵਡੀਰੇ ਤੁਮ ਹੋ ਤਿੰਨ ਸਿਓ ਝਗੜਤ ਪਾਪ। ਜਿਨ੍ਹਾਂ ਦਾ ਜੰਮਿਆ ਹੋਇਆ ਜਦੋਂ ਜਵਾਨ ਹੋ ਗਿਆ ਵੱਡਾ ਹੋ ਗਿਆ ਉਪਲਬਧੀਆਂ ਤੇ ਪਹੁੰਚ ਗਿਆ ਨਾ, ਉਹਨਾਂ ਦੇ ਨਾਲ ਝਗੜਨਾ ਸਭ ਤੋਂ ਵੱਡਾ ਪਾਪ ਹੈ। ਦੁਨੀਆਂ ਦਾ ਸਭ ਤੋਂ ਵੱਡਾ ਪਾਪ ਆਪਣੇ ਮਾਂ ਪਿਓ ਦੇ ਨਾਲ ਝਗੜੋ। ਕੋਸ਼ਿਸ਼ ਕਰੋ ਆਪਾਂ ਸਾਰੇ ਬਜ਼ੁਰਗਾਂ ਦੀ ਵੱਡਿਆਂ ਦਾ ਸਤਿਕਾਰ ਕਰਿਆ ਕਰੀਏ, ਛੋਟਾ ਛੋਟਿਆਂ ਨੂੰ ਪਿਆਰ ਕਰੀਏ। ਇਹ ਚੀਜ਼ਾਂ ਕਿੱਥੋਂ ਮਿਲਣਗੀਆਂ? ਬਾਣੀ ਪੜ੍ਹਿਆ ਜਦੋਂ ਸਾਡੇ ਅੰਦਰ ਨਿਮਾਣਾਪਨ ਆ ਗਿਆ ਨਾ, ਉਦੋਂ ਆਪਣੇ ਆਪ ਹੀ ਇਹ ਚੀਜ਼ਾਂ ਵੀ ਸਾਡੇ ਅੰਦਰ ਆ ਜਾਣ। ਅਸੀਂ ਬਾਣੀ ਤੋਂ ਦੂਰ ਹੋ ਗਏ, ਸਿਮਰਨ ਤੋਂ ਦੂਰ ਹੋ ਗਏ, ਤਾਂ ਹੀ ਇਹ ਚੀਜ਼ਾਂ ਤੋਂ ਵੀ ਦੂਰ ਹੋ ਗਏ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਸਾਰਿਆਂ ਨੂੰ ਸਮਝ ਆ ਜਾਵੇ। ਹੋਈਆਂ ਭੁੱਲਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਧੰਨਵਾਦ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ, ਸਾਡੇ ਲੰਗਰ ਜੰਡੋਕਿਆਂ ਦੇ ਸਰਪੰਚ ਸਾਹਿਬ ਜੀ, ਉਹਨਾਂ ਦੇ ਮਾਤਾ ਜੀ ਰਿਸ਼ਤੇਦਾਰ ਸਨ, ਭਾਈ ਭੋਲਾ ਸਿੰਘ ਜੀ ਉਹਨਾਂ ਦੇ ਭਤੀਜੇ, ਉਹਨਾਂ ਦੇ ਮਾਤਾ ਜੀ, ਸੋ ਉਹਨਾਂ ਦੀ ਲੜਕੀ ਇਹਨਾਂ ਦੇ ਘਰ ਵਿਆਹੀ ਸੀ, ਸੋ ਪਰਿਵਾਰ ਦੇ ਨਾਲ ਆਪਣੀ ਇੰਨੀ ਸਾਂਝ ਹੈ ਇੱਦਾਂ। ਸੋ ਸਰਪੰਚ ਸਾਹਿਬ ਜੀ, ਹੋਰ ਵੀ ਨਗਰ ਦੇ ਪ੍ਰਬੰਧਕ ਜੋ ਮੇਨ ਸੱਜਣ ਨੇ ਉਹ ਵੀ ਪਹੁੰਚੇ ਨੇ, ਸਾਰੀਆਂ ਸੰਗਤਾਂ ਦਾ ਦੂਰੋਂ ਨੇੜਿਓਂ ਜਿੰਨੀਆਂ ਸੰਗਤਾਂ ਪਹੁੰਚੀਆਂ ਨੇ ਸਾਰੀਆਂ ਦਾ ਧੰਨਵਾਦ। ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦੀ ਬਾਣੀ ਪੜ੍ਹੀਏ, ਉਪਰੰਤ ਅਰਦਾਸ ਬੇਨਤੀ ਹੋਈ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਰ, ਰਾਗ ਰਤਨ ਪਰਵਾਰ ਭਰੀਆਂ ਸੰਗਤ ਕਾਣ, ਸਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ, ਰਾਮ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਸਦਾ ਰਹੋ ਹਰਿ ਨਾਮੇ ਹਰਿ ਨਾਮੇ ਸਭ ਸਾਰਾ ਅੰਗੀਕਾਰ।
ਆਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਜੋ ਜੀ ਹੈ ਪਾਤਸ਼ਾਹ ਜੀ ਪ੍ਰਵਾਨ ਕਰ ਲੈਣੀ। ਆਪ ਜੀ ਦਾ ਫਰਮਾਨ ਜਿਹੜਾ ਜੀ ਕਿਰਿਆ ਤੇ ਦਾ ਹੁਕਮ ਕੁਮਾਰ ਕਦੇ ਆਵਨ ਨਰਕਾ ਸਦੇ ਉੱਤੀ ਜਾਏ। ਗੁਰਬਾਣੀ ਦੇ ਮਹਾਂਭਾਗ ਅਨੁਸਾਰ ਸਤਿਕਾਰਯੋਗ ਮਾਤਾ ਰਣਜੀਤ ਕੌਰ ਜੀ, ਜੋ ਸਤਿਗੁਰੂ ਜੀ ਇਸ ਸੰਸਾਰ ਤੇ ਯਾਤਰਾ ਕਰਨ ਵਾਸਤੇ ਆਏ ਸਨ, ਆਪਣੀ ਸੰਸਾਰ ਦੀ ਯਾਤਰਾ ਪੂਰੀ ਕਰਦੇ ਹੋਏ ਕੁਛ ਦਿਨਾਂ ਤੋਂ ਆਪ ਜੀ ਦੇ ਭਾਣੇ ਵਿੱਚ ਸਮਾ ਗਏ ਸਨ। ਉਸ ਵਿਛੜੀ ਹੋਈ ਰੂਹ ਦੇ ਭਰੇ ਵਾਸਤੇ ਪਰਿਵਾਰ ਨੇ ਆਪਣੇ ਗ੍ਰਹਿ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ। ਸਤਿਗੁਰੂ ਜੀ ਅਮਰਤ ਵੇਲੇ ਗੁਰਬਾਣੀ ਦੀ ਸੰਪੂਰਨਤਾ ਉਪਰੰਤ ਐਸ ਵੇਲੇ ਆਪ ਜੀ ਦੇ ਨਿਜ ਅਸਥਾਨ ਵਿਖੇ ਕਥਾ ਕੀਰਤਨ ਵਿਚਾਰਾਂ ਹੋਈਆਂ ਜੀ। ਪਾਵਨ ਗੁਰਬਾਣੀ ਜਪਦਿਆਂ ਕਥਾ ਕੀਰਤਨ ਵਿਚਾਰਾਂ ਕਰਦਿਆਂ ਸਤਿਗੁਰੂ ਜੀ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ, ਮਾਤਾ ਜੀ ਤੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਭਾਣੇ ਵਿੱਚ ਸਿਦਕ ਵਿੱਚ ਰਹਿਣ ਦੀ ਤਾਕਤ ਬਖਸ਼ਣੀ ਪਾਤਸ਼ਾਹ ਜੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ, ਤਿੰਨ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਜੀ ਕੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈਆ ਕਾਲ ਕੀ ਰੱਖੋਏ, ਵਾਰ ਹੋਏ ਸਭ ਮਿਲਣਗੇ ਬਜੇ ਸ਼ਰਨ ਜੋ ਹੋਵੇ, ਵਾਰ ਹੋਏ ਸਭ ਮਿਲਣਗੇ ਬਜੇ ਸ਼ਰਨ ਜੋ ਹੋਵੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪੰਜਵਾ, ਬਿਸਰੈ ਤਾਹੇ ਜਿਤ ਤੋ ਕਬ ਹੋ, ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਰ ਧਿਆਏ, ਨਿਰਮਲ ਹੋਵੇ ਦੇਹਾ। ਵਿਸਰਹਿ ਨਾਹੀ ਜਿਤ ਤੋ ਕਬ ਹੋ, ਸੋ ਥਾਨ ਤੇਰਾ ਕਿਹਾ। ਆਠ ਪਹਿਰ ਜਿਤ ਤੁਰ ਧਿਆਏ, ਨਿਰਮਲ ਹੋਵੇ ਦੇਹਾ। ਮੇਰੇ ਰਾਮਾ ਹਾਂ ਸੋ ਥਾਨ ਪਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿਲ ਸਰਣਾਈ ਪਾਇਆ। ਵੇਦ ਪੜ੍ਹੇ ਪੜ ਬਰਮੇ ਹਾਰੇ, ਇੱਕ ਦਿਲ ਨਹੀਂ ਕੀਮਤ ਪਾਏ। ਸਾਧਕ ਸਿੱਧ ਫਿਰੇ ਮਿਲ ਲਾਤੇ, ਤੇ ਵੀ ਮੋਹੇ ਮਾਏ। ਦਸ ਅਵਤਾਰ ਰਾਜੇ ਹੋਏ ਵਰਤੇ, ਮਹਾਂਦੇਵ ਅਵਧੂਤਾ, ਤਿਨ ਵੀ ਅੰਤ ਨਾ ਪਾਇਓ ਤੇਰਾ।
ਦਾਏ ਥੱਕੇ ਬਭੂਤਾ ਸਹਿਜ ਸੁਖ ਆਨੰਦ ਨਾਮ ਰਸ ਹਰ ਥੰਮੇ ਵੰਗ ਲਗਾਇਆ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬਿਰਾਜਮਾਨ ਗੁਰੂ ਪਿਆਰੇ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਡੇ ਕੋਲੋਂ ਸਦਾ ਲਈ ਵਿਛੜ ਚੁੱਕੇ ਮਾਤਾ ਜੀ ਰਣਜੀਤ ਕੌਰ ਜੀ, ਜਿਨ੍ਹਾਂ ਦੀ ਅੰਤਮ ਅਰਦਾਸ ਦੇ ਵਿੱਚ ਰਿਸ਼ਤੇਦਾਰ, ਸਾਕ ਸੰਬੰਧੀ, ਨਗਰ ਨਿਵਾਸੀ, ਇਲਾਕਾ ਨਿਵਾਸੀ ਇਕੱਤਰ ਹੋਏ ਹਾਂ। ਜਿਸ ਤੁੰਬੇ ਨਾਲ ਗੁੜਤੀ ਦਿੱਤੀ ਉਸੇ ਤੁੰਬੇ ਪਾਣੀ, ਜਿਹੜੇ ਆਏ ਮੇਲ ਮੁਹੰਮਦ ਕੋਈ ਉਪਾਏ ਮਕਾਣੀ। ਜਿਹੜੇ ਅੰਗ ਸਾਕ ਹੁੰਦੇ ਹੈ, ਰਿਸ਼ਤੇਦਾਰ ਹੁੰਦੇ ਹੈ, ਅਤੇ ਜਦੋਂ ਵੀ ਘਰ ਦੇ ਵਿੱਚ ਕੋਈ ਖੁਸ਼ੀ ਦਾ ਮੌਕਾ ਹੁੰਦਾ ਤਾਂ ਉਦੋਂ ਚਾਈਂ ਚਾਈਂ ਪਹੁੰਚਦੇ ਹੈ, ਅਤੇ ਜਦੋਂ ਦੁੱਖ ਦੀ ਘੜੀ ਆਉਂਦੀ ਹੈ ਤਾਂ ਉਦੋਂ ਅਸੀਂ ਆਪਣੇ ਸਾਰੇ ਕੰਮ ਛੱਡਦੇ ਹੋਏ ਉਸ ਪਰਿਵਾਰ ਨੂੰ ਦਿਲਾਸਾ ਦੇਣ ਦੇ ਲਈ, ਹੌਂਸਲਾ ਦੇਣ ਦੇ ਲਈ ਪਹੁੰਚਦੇ ਹਾਂ। ਮਾਤਾ ਜੀ ਰਣਜੀਤ ਕੌਰ ਜੀ, ਜਿਨ੍ਹਾਂ ਦੀ ਉਮਰ ਲਗਭਗ 70 ਸਾਲ ਦੇ ਕਰੀਬ, ਅਤੇ ਬੀਤੇ ਦਿਨੀ 18 ਤਰੀਕ ਨੂੰ ਅਚਨਚੇਤ ਦਿਲ ਦਾ ਦੌਰਾ ਪੈਣ ਕਰਕੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਸੋ ਇਸ ਪਰਿਵਾਰ ਬਾਰੇ ਜਿੱਥੇ ਅਸੀਂ ਸਾਰੇ ਭਲੀ ਭਾਂਤੀ ਜਾਣਦੇ ਹਾਂ ਕਿ ਪਿੰਡ ਸੁੱਖਣ ਵਾਲੇ ਦਾ ਨਾਮਵਰ ਪਰਿਵਾਰ, ਜਿਸਦਾ ਇਲਾਕੇ ਦੇ ਵਿੱਚ ਨਾਮ, ਪਰ ਇਸ ਪਰਿਵਾਰ 'ਤੇ ਬੀਤੇ ਸਮੇਂ ਦੌਰਾਨ ਕੁਛ ਐਸੇ ਭਾਣੇ ਆਏ, ਵਾਪਰੇ, ਐਸੀਆਂ ਸੱਟਾਂ ਜੋ ਸਹਿਣਯੋਗ ਨਹੀਂ ਸਨ। ਪਰ ਜਵਾਨੀ ਦੇ ਵਿੱਚ ਮਾਤਾ ਜੀ ਦਾ ਬੇਟਾ ਬਲਕਰਨ ਸਿੰਘ ਅੱਜ ਤੋਂ 20 ਸਾਲ ਪਹਿਲਾਂ ਉਹ ਸਾਰੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ, ਜਿਹਦੀ ਇਸ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਅਤੇ 2006 ਦੇ ਵਿੱਚ ਮਾਸਟਰ ਜਗਰੂਪ ਸਿੰਘ ਜੀ, ਉਹ ਵੀ ਅਚਨਚੇਤ ਦਿਲ ਦਾ ਦੌਰਾ ਪੈਣ ਕਰਕੇ ਹੀ ਇਸ ਸੰਸਾਰ ਤੋਂ ਚਲੇ ਗਏ। ਅਤੇ ਅੱਜ ਆਪਣੇ ਪਿਤਾ ਵਾਲੀਆਂ, ਆਪਣੇ ਭਰਾ ਵਾਲੀਆਂ, ਆਪਣੀ ਮਾਤਾ ਵਾਲੀਆਂ ਜ਼ਿੰਮੇਵਾਰੀਆਂ ਨੂੰ ਉਹਨਾਂ ਦੇ ਬੇਟੇ ਜਸਕਰਨ ਸਿੰਘ ਸੰਧੂ ਹੈਪੀ, ਜੋ ਕਿ ਵੈਸੇ ਤਾਂ ਕੈਨੇਡਾ ਵਿਖੇ ਸੈਟਲ ਹੈ, ਪਰ ਫਿਰ ਵੀ ਆਪਣੇ ਪਿੰਡ ਦੇ ਨਾਲ, ਆਪਣੇ ਨਗਰ ਨਿਵਾਸੀਆਂ ਦੇ ਨਾਲ ਆਪਣੀ ਸਾਂਝ ਰੱਖਦੇ ਹੋਏ, ਚਾਹੇ ਸਾਲ ਛਮਾਹੀ ਗੇੜਾ ਮਾਰਦੇ ਹੈ, ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਹੈ। ਸੋ ਇਸ ਮੌਕੇ 'ਤੇ ਵੱਖ ਵੱਖ ਧਾਰਮਿਕ, ਰਾਜਨੀਤਿਕ ਪਾਰਟੀਆਂ ਦੇ ਪ੍ਰਮੁੱਖ ਆਗੂ, ਧਾਰਮਿਕ ਸੰਸਥਾਵਾਂ ਦੇ ਪ੍ਰਮੁੱਖ ਆਗੂ, ਸਮਾਜ ਸੇਵੀ ਸੰਸਥਾਵਾਂ ਦੇ ਪ੍ਰਮੁੱਖ ਆਗੂ, ਜਿਨ੍ਹਾਂ ਵੱਲੋਂ ਸ਼ੋਕ ਮਤੇ ਆਏ ਹੈ, ਅਸੀਂ ਉਹਨਾਂ ਦਾ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ। ਔਰ ਬਹੁਤੇ ਬੁਲਾਰੇ
ਸ਼ਰਧਾਂਜਲੀ ਸਮਾਗਮ ਦੇ ਵਿੱਚ ਮੈਂ ਉਹਨਾਂ ਤੋਂ ਮਾਫ਼ੀ ਚਾਹੂੰਗਾ ਕਿਉਂਕਿ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਹੈ। ਸੋ ਅਸੀਂ ਧੰਨਵਾਦ ਕਰਦੇ ਹਾਂ ਨਵਦੀਪ ਸਿੰਘ ਜੀ, ਬੱਬੂ ਬਰਾੜ, ਜੋ ਕਿ ਸਰਦਾਰ ਅਵਤਾਰ ਸਿੰਘ ਜੀ ਸਾਬਕਾ ਮੰਤਰੀ, ਉਹਨਾਂ ਦੇ ਸਪੁੱਤਰ ਜਿਨ੍ਹਾਂ ਦੀ ਇਸ ਪਰਿਵਾਰ ਦੇ ਨਾਲ ਬਹੁਤ ਹੀ ਰੂੜੀ ਸਾਂਝ ਰਹੀ ਹੈ, ਪਰਮਬੰਦ ਸਿੰਘ ਜੀ ਬੰਟੀ ਮਾਣਾ ਹਲਕਾ ਇੰਚਾਰਜ, ਸ਼੍ਰੋਮਣੀ ਅਕਾਲੀ ਦਲ ਬਾਦਲ, ਲਖਵੀਰ ਸਿੰਘ ਜੀ ਅਰਾਈਆਂ ਵਾਲਾ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਸੁਖਣ ਵਾਲਾ ਪ੍ਰਿੰਸੀਪਲ ਨੇਕ ਸਿੰਘ ਜੀ ਅਤੇ ਸਮੂਹ ਸਟਾਫ ਮੈਂਬਰਸ, ਸਰਕਾਰੀ ਪ੍ਰਾਇਮਰੀ ਸਕੂਲ ਸੁਖਣ ਵਾਲਾ ਵਰਿੰਦਰਪਾਲ ਬਾਂਸਲ ਬਿੰਦਰੀ ਜੀ ਪ੍ਰਧਾਨ ਹੜ੍ਹਤੀ ਐਸੋਸੀਏਸ਼ਨ, ਅਜੈਬ ਸਿੰਘ ਜੀ ਸੰਧੂ ਸਾਡੇ ਪਿੰਡ ਦੇ NRI ਔਰ ਪਿੰਡ ਦੇ ਹਰ ਸਮਾਗਮ ਦੇ ਵਿੱਚ ਹਰ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ, ਹਰਦੀਪ ਸਿੰਘ ਜੀ ਸੱਕਾਂ ਵਾਲੀ ਸਾਬਕਾ ਚੇਅਰਮੈਨ ਸ਼ੂਗਰ ਮਿੱਲ, ਸੁਖਮੰਦਰ ਸਿੰਘ ਜੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਡਾਕਟਰ ਬਲਜਿੰਦਰ ਸਿੰਘ ਜੀ ਨੰਬਰਦਾਰ ਪਿੰਡ ਕੌਣੀ, ਮੰਦਰ ਸਿੰਘ ਜੀ ਫੀਲਡ ਅਫਸਰ ਪੰਜਾਬ ਰਾਜ ਖੇਤੀਬਾੜੀ ਬੈਂਕ ਫਰੀਦਕੋਟ, ਮਾਸਟਰ ਹਰਨੇਕ ਸਿੰਘ ਜੀ ਕਿਲ੍ਹਾ 9 ਤੋਂ ਮੇਰੇ ਗੁਰੂ ਦੇਵ ਵੀ ਨੇ, ਉਹਨਾਂ ਦਾ ਬੜਾ ਲੰਬਾ ਜੀਵਨ ਜੋ ਮਾਸਟਰ ਜਗਰੂਪ ਸਿੰਘ ਜੀ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਬਹੁਤ ਹੀ ਨਿੱਘੀ ਸਾਂਝ ਰਹੀ ਹੈ, ਇਸ ਦੁੱਖ ਦੀ ਘੜੀ ਦੇ ਵਿੱਚ ਸ਼ਾਮਲ ਹੋਏ ਹੈ। ਉਹਨਾਂ ਦੇ ਨਾਲ ਮਾਸਟਰ ਗਾਂਧੀ ਜੀ, ਗੁਰਸ਼ਵਿੰਦਰ ਸਿੰਘ ਜੀ ਐਡਵੋਕੇਟ, ਸਰਪੰਚ, ਪ੍ਰਧਾਨ ਸਰਪੰਚ ਯੂਨੀਅਨ, ਦਿਆਲ ਸਿੰਘ ਜੀ ਸੰਧੂ ਰਿਟਾਇਰਡ BPO, ਜਸਪਾਲ ਸਿੰਘ ਜੀ ਸੰਧੂ ਕਾਨੂੰਗੋ, ਸੁਖਮੰਦਰਪਾਲ ਸਿੰਘ ਜੀ ਸ਼ਰਮਾ ਪਟਵਾਰੀ ਸ਼ੇਰ ਸਿੰਘ ਵਾਲਾ ਤੋਂ। ਸੋ ਮੈਂ ਆਏ ਹੋਏ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਜਸਕਰਨ ਸਿੰਘ ਜੀ ਸੰਧੂ ਸੰਧੂ ਪਰਿਵਾਰ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਾ ਹਾਂ, ਬੇਨਤੀ ਕਰਦਾ ਹਾਂ ਸਰਦਾਰ ਗੁਰਮਤਾ ਸਿੰਘ ਜੀ ਸੰਧੂ, ਵੈਸੇ ਸਮਾਂ ਤਾਂ ਬਹੁਤ ਜ਼ਿਆਦਾ ਹੋ ਚੁੱਕਿਆ ਹੈ, ਭਾਈ ਗੁਰਪ੍ਰੀਤ ਸਿੰਘ ਜੀ ਜੰਡੋਕੇ ਵਾਲੇ ਬਹੁਤ ਹੀ ਅੱਛੇ ਕੀਰਤਨੀ ਜਥੇ, ਜਿਨ੍ਹਾਂ ਵੱਲੋਂ ਗੁਰਮਤ ਵਿਚਾਰਾਂ ਦੇ ਨਾਲ ਸਾਨੂੰ ਜੀਵਨ ਜਾਂਚ ਪ੍ਰਤੀ ਬਹੁਤ ਸਾਰਾ ਉਹ ਸੰਦੇਸ਼ ਵਿਸਥਾਰ ਪੂਰਵਕ ਦੱਸਿਆ ਗਿਆ ਕਿ ਜਿੰਦ ਵੋਟੀ ਮਰਨ ਵਰ ਲਹਿ ਜਾਸੀ ਪ੍ਰਣਾਏ, ਇਸ ਅਟਲ ਸਹਿਜਾਈਆਂ ਨੇ ਜੋ ਸਾਨੂੰ ਗੁਰਬਾਣੀ ਦੇ ਵਿੱਚੋਂ ਸਿੱਖਿਆਵਾਂ ਦਿੱਤੀਆਂ ਹੋਈਆਂ। ਸੋ ਉਸ ਦਾ ਭਾਣਾ ਮੰਨਦੇ ਹੋਏ ਚੰਦ ਸ਼ਬਦ ਪਰਿਵਾਰ ਦੇ ਨਾਲ ਆਪਣੀ ਨਿੱਘੀ ਸ਼ਰਧਾਂਜਲੀ ਸ਼ਰਧਾ ਦੇ ਫੁੱਲ ਸਰਦਾਰ ਗੁਰਮਤਾ ਸਿੰਘ ਜੀ ਸੰਧੂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਾਜ਼ਰੀ ਵਿੱਚ ਅੱਜ ਅਸੀਂ ਜਸਕਰਨ ਸਿੰਘ ਮੇਰੀ, ਗੁਰਵਿੰਦਰ ਕੌਰ, ਉਹਨਾਂ ਦੇ ਸਤਿਕਾਰਯੋਗ ਮਾਤਾ ਰਣਜੀਤ ਕੌਰ ਦੇ ਅਕਾਲ ਚਲਾਣਾ ਕਰਨ 'ਤੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਹਾਂ। ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪਵਨ ਜੀ ਨੂੰ ਕਿਹਾ ਸੀ, ਮੈਂ ਕਿਹਾ ਥੋੜ੍ਹੇ ਸ਼ਬਦਾਂ 'ਚ ਬੋਲਦੀ, ਸਮਾਂ ਕਾਫੀ ਹੋ ਗਿਆ, ਪਰ ਸਾਡੀ ਵੀ ਜਿਹੜੀ ਸਾਂਝ ਸੀ, ਕਿਉਂਕਿ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਹੋਣ ਕਰਕੇ ਮੈਂ ਮਾਸੀ ਕਹਿੰਦਾ ਸੀ, ਜਦੋਂ ਵੀ ਕਿਤੇ ਘਰ ਦੇ ਵਿੱਚ ਜਾਣਾ, ਇਕੱਲਿਆਂ ਇਕੱਠੇ ਹੋਣਾ, ਤਾਂ ਮੈਂ ਪੁੱਛਣਾ ਮਾਸੀ ਵੀ ਤੈਨੂੰ ਇਕੱਲਾਪਣ ਮਹਿਸੂਸ ਨਹੀਂ ਹੁੰਦਾ? ਤਾਂ ਕਹਿੰਦੀ, ਪੁੱਤਰ ਹੁੰਦਾ, ਕੁਦਰਤ ਨੇ ਬਸ ਇਸ ਤਰ੍ਹਾਂ ਹੀ ਕਰਤਾ, ਕਿਉਂਕਿ ਜਿਸ ਕਾਰਨ ਬਹੁਤ ਵਧੀਆ ਆਪਦਾ ਕੈਨੇਡਾ ਦੇ ਵਿੱਚ ਸੈੱਟ ਸੀ, ਬਹੁਤ ਵਧੀਆ ਕਾਰੋਬਾਰ ਚਲਾਇਆ ਸੀ, ਪਰ ਜਿਹੜੀ ਪੁੱਤਰ ਦੀ ਘਾਟ, ਬਲਕਰਨ ਸਿੰਘ ਦੀ ਘਾਟ, ਉਹ ਉਸਨੇ ਹੋਰ ਵੀ ਜ਼ਿਆਦਾ ਇਹ ਸੀ, ਜਾਂ ਪਰਿਵਾਰਕ ਮਛੋੜਾ ਇਸ ਤਰ੍ਹਾਂ ਬਣ ਗਿਆ, ਕਿਉਂਕਿ ਜਾਂ ਉਹ ਇੱਥੇ ਰਹਿੰਦਾ, ਕੋਲੇ ਰਹਿੰਦਾ, ਪਰ ਉਹਦੇ ਜਾਣ ਕਰਕੇ ਮਤਲਬ ਇਸ ਘਰ ਦੇ ਵਿੱਚ ਸਾਰਾ ਕੁਛ ਇੰਨਾ ਵਧੀਆ ਪਰਿਵਾਰ ਅਤੇ ਇੰਨੇ ਵਧੀਆ ਸੁੱਖ ਸਹੂਲਤਾਂ, ਦੋ ਮੋਗਿਆਂ ਦੇ ਮੁੱਢ ਦੇ ਵਿੱਚ ਜ਼ਮੀਨ, ਅਤੇ ਇਹ ਚੱਕਰ ਐਸਾ ਪੁੱਠਾ ਚੱਲਿਆ ਅਤੇ ਉਹ ਜਾਣੀ ਇਸ ਤਰ੍ਹਾਂ ਕਰਕੇ ਪਰਿਵਾਰ ਵੱਖੋ ਵੱਖਰਾ ਹੋ ਗਿਆ। ਕਹਿੰਦੀ, ਪੁੱਤਰ ਹੁੰਦਾ ਤਾਂ ਇਕੱਲੀ ਨੂੰ ਮਹਿਸੂਸ ਤਾਂ ਹੁੰਦਾ, ਫਿਰ ਮੈਂ ਕਰਾਂਗੀ, ਜਿਹੜੀ ਮਨ ਜਾ ਦੁਖੀ, ਮਨ ਭਰ ਕੇ ਗੱਲ ਕਰਨੀ ਵੀ ਕਿਹੋ ਜਿਹਾ ਪਰਿਵਾਰ ਸੀ, ਵੱਸਦਾ ਰੱਸਦਾ ਪਰਿਵਾਰ, ਅਤੇ ਅੱਜ ਕਿਵੇਂ ਇੱਕ ਵਿਛੋੜੇ ਦੇ ਵਿੱਚ। ਤਾਂ ਮੈਂ ਬਾਹਰ ਤਾਂ ਨਹੀਂ ਗਿਆ, ਪਰ ਜਿੰਨੇ ਬਾਹਰੋਂ ਲੋਕ ਆਉਂਦੇ ਆ, ਬਜ਼ੁਰਗ ਆਉਂਦੇ ਆ, ਉਹ ਸਾਰੇ ਦੱਸਦੇ ਆ
ਵੀ ਸਾਡਾ ਤਾਂ ਦਿਲ ਇੱਥੇ ਪਿੰਡ ਪੰਜਾਬ 'ਚ ਆ ਕੇ ਪਿੰਡ ਦੇ ਵਿੱਚ ਲੱਗਦਾ, ਕਿਉਂਕਿ ਉੱਥੇ ਜਿਹੜੇ ਬੱਚੇ ਸਾਰੇ ਕੰਮ ਕਾਰ 'ਚ ਤੁਰ ਜਾਂਦੇ ਆ ਅਤੇ ਇਕੱਲੇ ਰਹਿ ਜਾਂਦੇ ਆ। ਇੱਥੇ ਤਾਂ ਆਪਣੇ ਥਾਂ 'ਚ ਇਵੇਂ ਮਾਸੀ ਨੇ ਕਿਹਾ ਵੀ ਪੁੱਤਰ ਇੱਥੇ ਤਾਂ ਕੋਈ ਸਾਰਾ ਪਿੰਡ ਹੀ ਮੈਨੂੰ ਜਾਣਦਾ, ਕਦੇ ਕੋਈ ਆ ਗਿਆ ਮੇਰੇ ਕੋਲ, ਕੋਈ ਆਉਂਦਾ, ਕੋਈ ਆ ਗਿਆ, ਆਪਣੇ ਵਰਗੇ ਲੱਗਦੇ ਆ। ਇਸ ਤਰ੍ਹਾਂ ਦਿਨ ਪੂਰੇ ਕਰ ਲਈਦਾ ਅਤੇ ਇਸ ਤਰ੍ਹਾਂ ਕਰਕੇ ਯਾਨੀ ਸਮਾਂ ਉਹਨਾਂ ਨੇ ਗੁਜ਼ਾਰਿਆ। ਅਤੇ ਪਰ ਕੋਈ ਬਾਹਰ ਹੀ ਚੱਲਦੀ, ਗਿਆਨੀ ਜੀ ਨੇ ਜਿਵੇਂ ਕਿਹਾ ਵੀ ਸਾਨੂੰ ਭਾਣਾ ਮੰਨ ਲੈਣਾ ਚਾਹੀਦਾ। ਭਾਣਾ ਜਦੋਂ ਇਸ ਤਰ੍ਹਾਂ ਦਾ ਹੋ ਜਾਵੇ, ਹੁੰਦਿਆਂ ਪਤੀ ਤੁਰ ਜਾਵੇ, ਪੁੱਤ ਤੁਰ ਜਾਵੇ, ਸਾਡਾ ਜਿਗਰਾ ਨਹੀਂ, ਸਾਡਾ ਦਿਲ ਨਹੀਂ ਸਹਾਰ ਸਕਦਾ ਵੀ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਬਰਦਾਸ਼ਤ ਕਰ ਲਈਏ। ਸੋ ਇਸ ਤਰ੍ਹਾਂ ਰਿਸ਼ਤੇਦਾਰ, ਸਹਿਯੋਗੀ ਹੋਰ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਆ, ਉਹ ਸਾਨੂੰ ਥੋੜ੍ਹਾ ਥੋੜ੍ਹਾ ਧਿਆਨ ਬਦਲਦੇ ਆ ਅਤੇ ਅਸੀਂ ਹੌਲੀ ਹੌਲੀ ਉਸ ਨੂੰ ਧੀਰ ਦੀ ਕਰਕੇ ਝੱਲ ਲੈਂਦੇ ਹਾਂ। ਪਰ ਅੱਜ ਬੜੀ ਦੁੱਖ ਦੀ ਗੱਲ ਹੈ, ਕਿਉਂਕਿ ਜਸਕਰਨ ਸਿੰਘ ਨੇ ਉੱਥੇ ਵਾਪਸ ਜਾਂਦੇ ਰਹਿਣਾ, ਉਹੀ ਘਰ ਜੀ ਦੇ ਵਿੱਚ ਲੰਘਦੇ ਸੀ, ਵਸਦਾ ਰੱਖਦਾ ਘਰ ਸੀ, ਮਾਸੀ ਬੈਠੀ ਸੀ ਤਾਂ ਵੀ ਘਰ ਚੰਗਾ ਲੱਗਦਾ ਸੀਗਾ, ਅਤੇ ਅੱਜ ਉਹ ਘਰ ਸੁੰਨਾ ਹੋ ਜਾਣਾ। ਬੜੇ ਦੁੱਖ ਦੀ ਗੱਲ ਹੈ ਕਿ ਇਹ ਘਟਨਾ ਤੋਂ ਬਾਅਦ ਅਜੇ ਉਹ ਮਰਨ ਵਾਲੀ ਨਹੀਂ ਸੀ, ਜੇ ਦੁੱਖ ਨਾ ਪੈਂਦੇ ਤਾਂ ਸ਼ਾਇਦ ਉਹ 100 ਸਾਲ ਤੋਂ ਪ੍ਰਕਿਰਤੀ ਦਰਕ ਜਾਂਦੀ, ਇਸ ਤਰ੍ਹਾਂ ਲੱਗਦਾ ਸੀ। ਇੰਨਾ ਵਧੀਆ ਸੁਭਾਅ, ਸਹਿਣਸ਼ੀਲਤਾ, ਨਿਮਰਤਾ, ਮਿੱਠ ਬੋਲੀ ਅਤੇ ਪਿਆਰ, ਉਹ ਪੂਰਾ ਇਨਸਾਨ ਹੈ ਜਿਸ ਵਿੱਚ ਇਹ ਗੁਣ ਚਾਰ। ਮਾਤਾ ਰਣਜੀਤ ਕੌਰ ਦੇ ਇਹ ਸਾਰੇ ਗੁਣਾਂ ਦੇ ਧਾਰਨੇ ਸੀ, ਉਹ ਸਾਰਿਆਂ ਨਾਲ ਮਿਲਾਪ ਪਿਆਰ। ਮੈਂ ਘਰ ਦੇ ਸਾਡੇ ਆਪੋ ਸਾਹਮਣੇ ਘਰ ਸੀ, ਮੈਂ ਕਦੇ ਵੀ ਘਬਰਾਉਣ ਦੀ ਬਿਲਕੁਲ ਨਹੀਂ ਦੇਖਿਆ ਵੀ ਇਸ ਤਰ੍ਹਾਂ ਵੀ ਇਸ ਗੱਲ 'ਤੇ ਕਿਸੇ ਘਬਰਾਈ ਹੋਵੇ ਜਾਂ ਕਿਸੇ ਗੱਲ 'ਤੇ ਗੁੱਸਾ ਕੀਤਾ ਹੋਵੇ। ਸੋ ਅੱਜ ਉਹ ਇੰਨੇ ਗੁਣਾਂ ਦੀ ਧਾਰਨੀ, ਇਹ ਦੁੱਖਾਂ ਨੇ ਉਹਦੀ ਜਿਹੜੀ ਸੀਗੀ ਉਮਰ ਹੈ ਉਹ ਘਟਾ ਦਿੱਤੀ ਹੈ, ਪਰ ਬਰਦਾਸ਼ਤ ਕਰਨਾ ਪਊਗਾ, ਸਾਰਿਆਂ ਨੂੰ ਕਰਨਾ ਪਊਗਾ। ਸਾਡੇ ਨਗਰ ਵਾਸੀਆਂ ਨੂੰ ਵੀ ਇਸ ਗੱਲ ਦਾ ਬਹੁਤ ਅਫਸੋਸ ਹੈ ਵੀ ਇੰਨਾ ਵਧੀਆ ਖਾਨਦਾਨੀ ਘਰ 'ਤੇ ਅੱਜ ਬਹੁਤ ਵੱਡਾ ਘਾਟਾ ਪਿਆ ਸਾਡੇ ਨਗਰ ਨੂੰ ਪਿਆ। ਸੋ ਸਾਰੇ ਜਿੰਨੇ ਉਹਨਾਂ ਦੇ ਇਸ ਸ਼ੋਕ ਦੇ ਵਿੱਚ ਅੰਤਮ ਅਰਦਾਸ ਦੇ ਸ਼ਾਮਿਲ ਹੋਏ, ਰਿਸ਼ਤੇਦਾਰ, ਹੋਰ ਆਂਢੀ ਗੁਆਂਢੀਆਂ, ਬਾਕੀ ਪਿੰਡਾਂ ਤੋਂ ਆਏ ਹੋਏ, ਮੈਂ ਵੇਖਣ ਹਰੀਆਲਾ, ਹੋਰ ਪਿੰਡਾਂ ਤੋਂ ਨਵਾਂ ਕਲਾ, ਸਾਰੇ ਪਿੰਡਾਂ ਤੋਂ ਆਏ ਹੋਏ ਆ, ਉਹਨਾਂ ਦੇ ਦੁੱਖ ਸ਼ਰੀਕ ਹੋਏ ਆ, ਅਤੇ ਸਾਰਿਆਂ ਦਾ ਮੈਂ ਪਰਿਵਾਰ ਵੱਲੋਂ ਸਾਰੇ ਧੰਨਵਾਦ ਕਰਦਾ ਹਾਂ। ਸੋ ਲੰਗਰ ਪਾਣੀ ਜਿਹੜਾ ਤਿਆਰ ਹੈ ਅਤੇ ਉਹ ਸਾਰਿਆਂ ਨੇ ਛੱਡਣਾ ਆਪਣਾ, ਅਤੇ ਖਾਏ ਬਿਨਾਂ ਨਹੀਂ ਜਾਣਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਵਿੰਦਰ ਸਿੰਘ ਜੀ ਸੰਧੂ, ਉੱਘੇ ਰਾਈਟਰ ਨੇ, ਔਰ ਖਾਸ ਤੌਰ 'ਤੇ ਇਸੇ ਗਲੀ ਦੇ ਵਿੱਚ ਅਸੀਂ ਗੁਆਂਢੀ ਵੀ ਹਾਂ ਅਤੇ ਸਾਡੀ ਗਲੀ ਦੇ ਵਿੱਚ ਕੁਛ ਦਿਨਾਂ ਤੋਂ ਆਉਣ ਆਈਆਂ ਮੌਤਾਂ 2-3 ਹੋਰ ਵੀ ਹੋ ਚੁੱਕੀਆਂ, ਜਿਹਦੇ ਲਈ ਸਾਰਾ ਹੀ ਨਗਰ, ਕਿਉਂਕਿ ਸਾਡੀ ਇਸ ਵਾਰੀ ਦੀ ਦੀਵਾਲੀ ਇੰਨੀ ਕੁ ਕਰੋਨਾਮਈ ਰਹੀ ਹੈ ਕਿ ਸਾਰੇ ਨਗਰ ਨੇ ਅਫਸੋਸ ਜਤਾਇਆ। ਸੋ ਪਰਮਾਤਮਾ ਕਰੇ ਕਿ ਸਾਡਾ ਇਹ ਨਗਰ ਅੱਗੇ ਤੋਂ ਇਸੇ ਤਰ੍ਹਾਂ ਸੁਖੀ ਵਸੇ, ਕਿਸੇ 'ਤੇ ਕੋਈ ਦੁੱਖ ਤਕਲੀਫ ਨਾ ਆਵੇ। ਬਾਪ ਮਰੇ ਸਿਰ ਨੰਗਾ ਹੁੰਦਾ, ਭਾਈ ਮਰੇ ਕੰਡ ਖਾਲੀ, ਮਾਵਾਂ ਬਾਜ ਮੁਹੰਮਦ ਬਖਸ਼ਾ, ਕੌਣ ਕਰੇ ਰਖਵਾਲੀ। ਮਾਂ ਦਾ ਰਿਸ਼ਤਾ ਹੀ ਐਸਾ ਹੈ ਕਿ ਹੁਣ ਉਹਨਾਂ ਵਰਗੀ ਕਿਸੇ ਨੇ ਹਾਕ ਮਾਰ ਕੇ ਬੁਲਾਉਣਾ ਨਹੀਂ ਹੈ, ਉਹਨਾਂ ਵਰਗੇ ਬੋਲ ਕਿਸੇ ਨੇ ਬੋਲਣੇ ਨਹੀਂ ਹੈ। ਪਰ ਇਸ ਪਰਿਵਾਰ ਦੇ ਵਿੱਚ ਉਹ ਮਾਂ ਪਿਓ ਵਾਲੀਆਂ ਜ਼ਿੰਮੇਵਾਰੀਆਂ, ਜਸਕਰਨ ਸਿੰਘ, ਹੈਪੀ ਅਤੇ ਮਾਤਾ ਜੀ ਦੀ ਨੂੰਹ ਮਨਜੀਤ ਕੌਰ, ਉਹਨਾਂ 'ਤੇ ਹੈ। ਅਤੇ ਹੈਪੀ ਨੇ ਮੇਰੇ ਨਾਲੇ ਮਨ ਦਾ ਵਲਵਲਾ ਸਾਂਝਾ ਕੀਤਾ ਹੈ ਕਿ ਅਸੀਂ ਚਾਹੇ ਕੈਨੇਡਾ ਸੈਟਲ ਹੈ, ਸਾਡਾ ਬਿਜ਼ਨਸ ਬਹੁਤ ਅੱਛਾ ਸੈਟਲ ਹੈ, ਪਰ ਫਿਰ ਵੀ ਅਸੀਂ ਇਸ ਨਗਰ ਦੀ ਨਿਸ਼ਕਾਮ ਸੇਵਾ ਕਰਦੇ ਰਹਾਂਗੇ, ਹਰ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਾਮਿਲ ਹੁੰਦੇ ਰਹਾਂਗੇ ਕਿ ਸ਼ਾਇਦ ਸਾਨੂੰ ਉਹ ਮਾਪੇ ਵਾਲੀਆਂ ਅਸੀਸਾਂ, ਉਹਨਾਂ ਦੇ ਸੁਪਨੇ ਅਸੀਂ ਸਾਕਾਰ ਕਰ ਸਕੀਏ। ਅਤੇ ਉਹਨਾਂ ਦੀ ਬੇਟੀ ਗੁਰਬਿੰਦਰ ਕੌਰ ਅਤੇ ਉਹਨਾਂ ਦੇ ਹਸਬੈਂਡ ਗਗਨਦੀਪ ਸਿੰਘ, ਜੋ ਕਿ ਜੰਡੋਕੇ ਤੋਂ, ਬਹੁਤ ਹੀ ਨਿੱਘਾ ਪਰਿਵਾਰ, ਬਹੁਤ ਹੀ ਨਾਮਵਰ ਪਰਿਵਾਰ, ਉਹਨਾਂ ਦਾ ਵੀ
ਬਹੁਤ ਵੱਡਾ ਯੋਗਦਾਨ ਹੈ ਇਸ ਪਰਿਵਾਰ ਦੇ ਦੁੱਖ ਦੀ ਘੜੀ ਦੇ ਵਿੱਚ ਹਰ ਤਰ੍ਹਾਂ ਨਾਲ ਸ਼ਾਮਿਲ ਹੁੰਦੇ ਹੋਏ। ਸੋ ਅਸੀਂ ਸੰਧੂ ਪਰਿਵਾਰ ਵੱਲੋਂ ਆਏ ਹੋਏ ਸਾਰੇ ਹੀ ਰਿਸ਼ਤੇਦਾਰ ਸਾਕ ਸੰਬੰਧੀ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਗੁਰੂ ਘਰ ਅਤੁੱਟ ਲੰਗਰ ਜ਼ਰੂਰ ਛੱਕ ਕੇ ਜਾਇਓ। ਸਿਰਫ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਇੱਕ ਵਾਰ ਫਿਰ ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੁਰਅੰਤਾ ਸਿੰਘ ਸੰਧੂ, ਪਿੰਡ ਸੁੱਖਣ ਵਾਲਾ। ਅੱਜ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਸਕਰਨ ਸਿੰਘ ਸੰਧੂ ਜੋ ਇਸ ਵੇਲੇ ਕੈਨੇਡਾ ਸੈੱਟ ਹੈ ਅਤੇ ਉਹਨਾਂ ਦੀ ਮਾਤਾ ਰਣਜੀਤ ਕੌਰ ਦੇ ਸਵਰਗਵਾਸ ਹੋ ਗਏ ਸਨ। ਅੱਜ ਉਹਨਾਂ ਦੇ ਅਸੀਂ ਭੋਗ ਦੇ ਉੱਤੇ ਇੱਥੇ ਸਾਰੇ ਇਕੱਠੇ ਹੋਏ ਹਾਂ ਅਤੇ ਕਾਫੀ ਗਿਣਤੀ ਦੇ ਵਿੱਚ ਰਿਸ਼ਤੇਦਾਰ ਮਿੱਤਰ ਹੋਰ ਜਿੰਨੇ ਵੀ ਆਏ ਸਨ। ਬੜੇ ਦੁੱਖ ਦੀ ਗੱਲ ਹੈ, ਬਹੁਤ ਹੀ ਵਧੀਆ ਹਰਮਨ ਪਿਆਰੇ ਸੁਭਾਅ ਦੇ ਚੰਗੇ ਮਾਸਟਰ ਜਗਰੂਪ ਸਿੰਘ ਜੀ ਸਵਰਗਵਾਸ ਪਹਿਲਾਂ ਹੋ ਗਏ ਸੀਗੇ। ਉਹਨਾਂ ਦਾ ਇੱਕ ਬੇਟਾ ਸੀ, ਉਹ ਵੀ ਨੌਜਵਾਨ ਸੀ, ਸਵਰਗਵਾਸ ਹੋ ਗਿਆ। ਉਹਨਾਂ ਦੁੱਖਾਂ ਦੇ ਕਰਕੇ ਇੱਕ ਇਕੱਲਤਾ ਰਹਿਣ ਕਰਕੇ ਪਰਿਵਾਰ ਦੇ ਵਿੱਚ ਇੱਥੇ ਮਤਲਬ ਉਹਨਾਂ ਨੂੰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਗਏ, ਇਸ ਕਰਕੇ ਉਹਨਾਂ ਦੀ ਮੌਤ ਹੋ ਗਈ। ਬਹੁਤ ਹੀ ਨਾਮਵਾਰ ਪਰਿਵਾਰ ਇਲਾਕੇ ਦੇ ਵਿੱਚ ਮੰਨਿਆ ਹੋਇਆ ਪਰਿਵਾਰ ਸੀ, ਪਰ ਕੁਦਰਤ ਨੇ ਐਸਾ ਉਹਨਾਂ ਨੂੰ ਘਾਟਾ ਪਾਇਆ ਜੋ ਨਾ ਕਦੇ ਪੂਰਾ ਹੋਣ ਵਾਲਾ ਹੈ। ਸੋ ਅੱਜ ਜਿਹੜਾ ਦੁੱਖ ਸਾਂਝਾ ਕਰਨ ਵਾਲੇ ਸਾਡੇ ਫਾਸਟ ਵੇ ਦੇ ਵੀ ਨੁਮਾਇੰਦੇ ਇੱਥੇ ਆਏ ਹੈ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਸਾਡੇ ਦੁੱਖ ਬਣਾਇਆ। ਜਿਹੜਾ ਸਾਡਾ ਇਹ ਤੁਸੀਂ ਵਿਸ਼ਵਾਸ ਚੈਨਲ ਦੇ ਉੱਤੇ ਔਨਲਾਈਨ ਵੇਖ ਸਕਦੇ ਹੋ ਸਾਰੇ, ਅਤੇ ਸਾਰਿਆਂ ਨੂੰ ਵੇਖਣਾ ਚਾਹੀਦਾ ਜੋ ਵੀ ਇੱਥੇ ਸਾਡੇ ਸੁੱਖਣ ਵਾਲੇ ਦੇ ਵਿੱਚ ਸਾਰੇ ਦੁੱਖ ਸ਼ਰੀਕ ਹੋਏ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ।